السلام عليكم. ਮੇਰਾ ਖਿਆਲ ਹੈ ਪਾਕਿਸਤਾਨ ਵਿੱਚ ਤੇ ਸਾਰੇ ਸੌਂਗੇ ਹੋਣਗੇ ਇਸ ਵਕਤ। ਇੱਥੇ ਸਪ੍ਰਿੰਗਫੀਲਡ 4 ਵਜੇ ਨੇ ਦਿਨ ਦੇ, ਤੇ ਮੈਂ ਹੁਣ ਆਪਣੀ ਅਫੀਸ਼ੀਅਲ ਮੀਟਿੰਗਸ ਤੋਂ ਆਈ ਹਾਂ। ਹਾਏ ਸਿਆਪਾ ਕੋਇਨ ਐਂਡ ਮੁਹੰਮਦ ਸਜਾਦ ਹਸਨ ਸਾਹਿਬ ਮਲਿਕ ਰਮੇਸ਼। ਅੱਛਾ ਜੀ, ਸਾਰਿਆਂ ਨੂੰ ਮੇਰੇ ਲੋ ਹਾਏ ਤੇ ਜੀ ਆਇਆਂ ਨੂੰ। ਅੱਜ ਲਾਈਵ ਹੋਣ ਦਾ ਮੈਂ ਬਹੁਤ ਥੱਕੀ ਹਾਂ, ਹੁਣੀ ਆਈ ਹਾਂ। ਇੱਥੇ ਸਪ੍ਰਿੰਗਫੀਲਡ 'ਚ ਬਾਰਿਸ਼ ਹੋ ਰਹੀ ਹੈ, ਤੁਹਾਨੂੰ ਵੀ ਥੋੜ੍ਹਾ ਵਿਖਾ ਦਾਂ, ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਨੀ ਹੈ ਜੇ ਮੈਂ ਕੈਮਰਾ ਪਿੱਛੇ ਕਰ ਸਕਾਂ। ਹਾਂਜੀ, ਇਹ ਤੁਸੀਂ ਦੇਖੋ ਬਾਰਿਸ਼ ਹੋ ਰਹੀ ਹੈ ਇੱਥੇ, ਤੇ ਬੜਾ ਕਮਾਲ ਦਾ ਮੌਸਮ ਬਣਿਆ ਹੈ। ਤੁਹਾਨੂੰ ਸਾਰਿਆਂ ਨੂੰ ਮੇਰਾ ਖਿਆਲ ਆਵਾਜ਼ ਤੇ ਆ ਰਹੀ ਹੋਣੀ ਹੈ ਮੇਰੀ। ਅੱਛਾ ਜੀ, ਇਸ ਵਕਤ ਮੇਰਾ, ਹਾਂਜੀ ਹਾਏ ਹਫੀਜ਼ ਸਾਹਿਬ, ਜ਼ੀਸ਼ਾਨ ਮੁਹੰਮਦ ਜ਼ੀਸ਼ਾਨ ਹਫੀਜ਼ ਸਾਹਿਬ। ਇਸ ਵਕਤ ਆਨਲਾਈਨ ਹੋਣ ਦਾ ਜਿਹੜਾ ਮੇਰਾ ਮਕਸਦ ਆ ਉਹ ਇਹ ਵੇ ਕਿ ਬਹੁਤ ਸਾਰੇ ਲੋਕਾਂ ਦਾ ਮੇਰੀ ਕੱਲ੍ਹ ਵਾਲੀ ਵੀਡੀਓ ਨੂੰ ਲਾਇਕ ਕੇ ਆ ਰਹੇ ਸਨ ਕਮੈਂਟਸ ਕਿ ਲਓ ਜੀ ਤੁਸੀਂ ਉਰਦੂ ਬਾਰੇ ਕਿਉਂ ਨਹੀਂ ਗੱਲ ਕੀਤੀ। ਇੱਕ ਭਰਾ ਨੇ ਮੈਨੂੰ ਉੱਥੇ ਕਮੈਂਟ 'ਚ ਕਿਹਾ ਕਿ ਜੀ ਮੈਂ ਬਿਲਕੁਲ ਠੀਕ ਹਾਂ ਫਵਾਦ ਹੁਸੈਨ ਚੀਮਾ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਅਤੇ ਜਿਹੜੇ ਜਿਹੜੇ ਦੋਸਤ, ਜਿਹੜੇ ਜਿਹੜੇ ਭਾਈ, ਜਿਹੜੇ ਜਿਹੜੇ ਭੈਣਾਂ ਭਰਾ ਹਾਏ ਕਰ ਰਹੇ ਨੇ, ਸਭਨਿਆਂ ਨੂੰ, ਸਾਰਿਆਂ ਨੂੰ ਮੇਰੇ ਲਓ ਹਾਏ। ਅਤੇ ਹਾਂਜੀ ਜੀ, ਮੈਂ ਬਿਲਕੁਲ ਠੀਕ ਹਾਂ ਅਲੀ ਹੈਦਰ ਸਾਹਿਬ, ਤੁਹਾਡਾ ਕੀ ਹਾਲ ਹੈ, ਤੁਸੀਂ ਵੀ ਠੀਕ ਹੋਵੋਗੇ ਜੀ। ਹਾਂਜੀ, ਮੌਸਮ ਫਵਾਦ ਹੁਸੈਨ ਚੀਮਾ ਸਾਹਿਬ ਬਹੁਤ ਅੱਛਾ ਬਣਿਆ, ਬਾਰਿਸ਼ ਹੋ ਰਹੀ ਹੈ ਇੱਥੇ, ਠੰਡ ਕਾਫੀ ਬਣ ਗਈ ਹੈ। ਅੱਛਾ, ਹਾਂ ਤੇ ਮੈਂ ਗੱਲ ਕਰ ਰਹੀ ਸੀ, ਬਹੁਤ ਸਾਰੇ ਮੇਰੇ ਨਾ ਭੈਣਾਂ ਭਰਾਵਾਂ ਨੇ ਇਹ ਗੱਲ ਕੀਤੀ, ਲਓ ਜੀ ਮੈਨੂੰ ਉਰਦੂ ਦੇ ਬਾਰੇ 'ਚ ਕੋਈ ਲੈਕਚਰ ਦੇਣਾ ਚਾਹੀਦਾ ਸੀ। ਅਤੇ ਕਈਆਂ ਨੇ ਅੱਜ ਕੁਛ ਭਾਈਆਂ ਦੇ ਮੈਸੇਜ ਆਏ ਸਨ ਅਤੇ ਥੱਲੇ ਆਇਆ ਸੀ ਕਿ ਮਤਲਬ ਜਦੋਂ ਤੁਸੀਂ ਆਈਡੈਂਟੀ ਦੀ ਗੱਲ ਕਰਦੇ ਹੋ ਤਾਂ ਸਾਡੀ ਆਈਡੈਂਟੀ ਤਾਂ ਉਰਦੂ ਹੈ, ਅਤੇ ਤੁਸੀਂ ਉਰਦੂ ਦੀ ਗੱਲ ਕਿਉਂ ਨਹੀਂ ਕੀਤੀ? ਅਤੇ ਮੇਰਾ ਖਿਆਲ ਹੈ ਮੈਨੂੰ ਟੋਪੀ ਪਾ ਲੈਣੀ ਚਾਹੀਦੀ ਹੈ, ਸਿਰ ਮੇਰਾ ਕਾਫੀ ਠੰਡਾ ਹੋ ਰਿਹਾ। ਇੱਕ ਮਿੰਟ ਮੈਨੂੰ ਸਿਰਫ ਤੁਸੀਂ 1 ਮਿੰਟ ਦਿਓ, ਸਿਰਫ 1 ਮਿੰਟ ਮੈਨੂੰ ਦੇਣਾ ਜੀ। ਐਡਵੋਕੇਟ ਸਾਹਿਬ ਬਹੁਤ ਸ਼ੁਕਰੀਆ, ਐਡਵੋਕੇਟ ਮੁਬੱਸ਼ਰ ਅਲੀ ਸਾਹਿਬ, ਜਸਟ 1 ਮਿੰਟ ਦੇਵੋ ਮੈਨੂੰ। ਹਾਂਜੀ, ਤਾਂ ਮੈਂ ਪੁੱਠੀ ਪਾ ਲਈ ਹੈ, 1 ਮਿੰਟ। ਹਾਂ ਮੇਰਾ ਖਿਆਲ ਹੈ ਹੁਣ ਠੀਕ ਹੈ। ਅੱਛਾ ਹਾਂਜੀ, ਠੀਕ ਹੀ ਹੈ, ਚਲੋ ਗੁਜ਼ਾਰਾ ਹੈ। ਹਾਂ ਤੇ ਜੀ, ਮੈਂ ਉਹ ਗੱਲ ਕਰ ਰਹੀ ਸੀ ਕਿ ਮੈਨੂੰ ਬਹੁਤ ਸਾਰੇ ਭਰਾਵਾਂ ਦੇ ਮੈਸੇਜ ਆਏ ਕਿ ਲਓ ਜੀ ਤੁਸੀਂ ਉਰਦੂ ਬਾਰੇ ਗੱਲ ਕਿਉਂ ਨਹੀਂ ਕੀਤੀ, ਤੇ ਸਾਡੀ ਪਹਿਚਾਣ ਤੇ ਉਰਦੂ ਹੈ। ਤੇ ਗੱਲ ਇਹ ਵੇ ਕਿ ਉਰਦੂ ਸਾਡੀ ਪਹਿਚਾਣ ਹੈ, ਲੇਕਿਨ ਸਾਡੀ ਉਰਦੂ, ਜਸਟ ਮੈਂ ਬਹੁਤ ਸਾਰੇ ਲੋਕਾਂ ਦੀ ਗਲਤ ਫਹਿਮੀ ਕਰ ਦੇਵਾਂ, ਜਿਹੜੇ ਸਮਝਦੇ ਨੇ ਕਿ ਪੰਜਾਬੀ ਦੀ ਗੱਲ ਕਰਨਾ ਜਾਂ ਕਿਸੇ ਮਕਾਮੀ ਜ਼ੁਬਾਨ ਦੀ ਗੱਲ ਕਰਨਾ ਜਿਹੜੀ ਹੈ ਉਹ ਸ਼ਾਇਦ ਕਿ ਉਰਦੂ ਦੀ ਨਿਗੇਸ਼ਨ ਹੈ, ਤੇ ਅਸੀਂ ਮੁਤੈਦ ਤਾਂ ਹੀ ਹੋ ਸਕਨੇ ਆ ਜੇ ਅਸੀਂ ਸਾਰੇ ਉਰਦੂ ਬੋਲੀਏ। ਇੱਕ ਛੋਟੀ ਜਿਹੀ ਮਿਸਾਲ ਲੈ ਲਓ, ਜਦੋਂ ਤੁਸੀਂ ਕਦਾਈਓ ਰਿਸ਼ਤੇਦਾਰੀ ਕਰਦੇ ਹੋ ਕਿਸੇ ਕਾਰਜ 'ਚ ਜਾਂ ਕਿਸੇ ਨਾਲ ਰਿਸ਼ਤੇਦਾਰੀ ਕਰਦੇ ਹੋ, ਜੀ ਮੈਂ ਪਾਕਿਸਤਾਨ 'ਚ ਤੋਂ ਲਾਹੌਰ 'ਚ ਹਾਂ, ਫਵਾਦ ਹੁਸੈਨ ਚੀਮਾ ਸਾਹਿਬ, ਮੈਂ ਲਾਹੌਰ ਤੋਂ ਹਾਂ। ਅੱਛਾ, ਜਦੋਂ ਤੁਸੀਂ ਕਿਸੇ ਦੇ ਘਰ ਰਿਸ਼ਤੇਦਾਰੀ ਕਰਦੇ ਹੋ, ਕੋਈ ਸਾਗ ਕਰਦੇ ਹੋ, ਤਾਂ ਕਿਆ ਤੁਸੀਂ ਆਪਣੀ ਪਿਛਲੀ ਆਈਡੈਂਟੀ ਛੱਡ ਦਿੰਦੇ ਹੋ? ਮਤਲਬ ਤੁਸੀਂ ਉਹਨਾਂ ਦਾ ਰੰਗ ਢੰਗ ਸਾਰਾ ਅਪਣਾ ਕੇ ਤੇ ਤੁਸੀਂ ਕਹਿੰਦੇ ਹੋ ਕਿ ਹੁਣ ਸਾਡਾ ਪਿਛਲਾ ਸਾਰਾ ਕੁਝ ਖਤਮ ਹੋ ਗਿਆ। ਜਦੋਂ ਤੁਸੀਂ ਅਮਰੀਕਾ ਆਉਂਦੇ ਹੋ ਤਾਂ ਤੁਸੀਂ ਕਿਉਂ ਕਹਿੰਦੇ ਹੋ ਕਿ ਲਓ ਜੀ ਆਪਣਾ ਪਿੱਛਾ ਨਾ ਭੁੱਲਿਓ? ਤੇ ਪਾਕਿਸਤਾਨ ਇੱਕ ਫੈਡਰੇਸ਼ਨ ਹੈ, ਤੁਸੀਂ ਆਪਣੀ ਇਹ ਗਲਤ ਫਹਿਮੀ ਕੱਢ ਦਿਓ। ਪਾਕਿਸਤਾਨ ਇੱਕ ਫੈਡਰੇਸ਼ਨ ਹੈ, ਇਸ ਫੈਡਰੇਸ਼ਨ ਦੇ ਵਿੱਚ 4 ਸੂਬੇ ਨੇ ਤੇ ਹਰ ਸੂਬੇ ਦੀ ਆਪਣੀ ਜ਼ੁਬਾਨ ਹੈ। ਬਲੋਚਿਸਤਾਨ ਵਿੱਚ ਵੇਖਿਆ ਜਾਏ ਤੇ ਵੱਡੀ ਜ਼ੁਬਾਨ ਜਿਹੜੀ ਉੱਥੇ ਬਲੋਚੀ ਬੋਲੀ ਜਾਂਦੀ ਹੈ, ਉਹਨਾਂ ਦਾ ਇੱਕ ਆਪਣਾ ਕਲਚਰ ਹੈ, ਆਪਣੀ ਸਕਾਫਤ ਹੈ, ਠੀਕ ਹੈ। ਸਿੰਧ ਹੈ, ਸਿੰਧ ਵਾਲੇ ਲੋਕਾਂ ਦੀ ਇੱਕ ਆਪਣਾ ਕਲਚਰ ਹੈ, ਉੱਥੇ ਸਿੰਧੀ ਬੋਲੀ ਜਾਂਦੀ, ਉਹਨਾਂ ਦਾ ਰਹਿਣਾ ਬਹਿਣਾ ਖਾਣਾ ਪੀਣਾ ਖਲੋਣਾ ਜਾਂ ਉਹਨਾਂ ਦਾ ਜੋ ਵੀ ਤਹਿਜ਼ੀਬ ਤਮੱਦਨ ਹੈ ਉਹ ਥੋੜ੍ਹਾ ਜਿਹਾ ਸਾਡੇ ਨਾਲੋਂ ਡਿਫਰੈਂਟ ਹੈ। ਮਤਲਬ ਇਹ ਵੇ ਕਿ ਜੀ ਉੱਥੇ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਸਿੰਧੀ ਬੋਲਦੇ ਨੇ। ਇਹ ਮੇਰੀ ਟੋਪੀ ਪਤਾ ਨਹੀਂ ਕਿਉਂ ਨਹੀਂ ਸੈੱਟ ਹੋ ਰਹੀ, ਖੈਰ ਇਹਨੂੰ ਗੋਲੀ ਮਾਰੋ, ਉੱਥੇ ਸਿੰਧੀ ਬੋਲਦੇ ਨੇ। ਅੱਛਾ, ਕਸ਼ਮੀਰ ਵੱਲ ਤੁਰ ਜਾਈਏ, ਉੱਥੇ ਕਸ਼ਮੀਰੀ ਬੋਲੀ ਜਾਂਦੀ ਹੈ ਜਾਂ ਜਿਹੜੀ ਵੀ ਲੈਂਗੁਏਜ ਹੈ। ਹੁਣ ਇਹਨਾਂ ਸਾਰਿਆਂ ਨੇ ਮਿਲ ਕੇ ਇੱਕ ਫੈਡਰੇਸ਼ਨ ਬਣਾਈ, ਕਿਆ ਉਸ ਫੈਡਰੇਸ਼ਨ ਦੇ ਮੁਆਹਦੇ 'ਚ ਇਹ ਲਿਖਿਆ ਹੈ ਕਿਤੇ ਕਿ ਅਸੀਂ ਪੰਜਾਬੀ ਛੱਡ ਦਾਂਗੇ? ਮਤਲਬ ਪਾਕਿਸਤਾਨ ਤਾਂ ਮੁਤੈਦ ਰਹਿ ਸਕਦਾ ਜੇ ਅਸੀਂ ਪੰਜਾਬੀ ਦੀ ਗੱਲ ਨਾ ਕਰੀਏ? ਮਤਲਬ ਪੰਜਾਬੀ ਨਾ ਹੋ ਗਿਆ ਕੋਈ ਗੁਨਾਹ ਕਬੀਰਾ ਹੋ ਗਿਆ, ਕੋਈ ਕੁਫਰ ਹੋ ਗਿਆ ਕਿ ਤੁਸੀਂ ਪੰਜਾਬੀ ਦੀ ਗੱਲ ਕਰੋ? ਮੈਨੂੰ ਕੱਲ੍ਹ ਕਿਸੇ ਬੜੀ ਅਜੀਬ ਜਿਹਾ ਕਮੈਂਟ ਦਿੱਤਾ ਕਿ ਪਹਿਲੇ ਤੁਸੀਂ ਦੱਸੋ ਤੁਹਾਡੀ ਆਈਡੈਂਟੀ ਕੀ ਹੈ, ਤੁਸੀਂ ਪਹਿਲੇ ਪਾਕਿਸਤਾਨੀ ਹੋ ਕਿ ਪੰਜਾਬੀ ਹੋ? ਮੈਂ ਆਨਲਾਈਨ ਕਹਿ ਰਹੀ ਹਾਂ ਕਿ ਮੈਂ ਪਹਿਲੇ ਪੰਜਾਬੀ ਹਾਂ,
ਮੈਨੂੰ ਪਾਕਿਸਤਾਨ ਨਾਲ ਮੁਹੱਬਤ ਹੈ। ਇਹ ਵੇਖੋ ਮੈਂ ਮੀਟਿੰਗ ਵਿੱਚ ਗਈ ਸੀ, ਅਜੇ ਵੀ ਤੁਹਾਨੂੰ ਮੇਰੀ ਸ਼ਰਟ ਤੇ ਪਾਕਿਸਤਾਨੀ ਝੰਡਾ ਨਜ਼ਰ ਆ ਰਿਹਾ ਹੋਣਾ। ਠੀਕ ਹੈ, ਮੈਂ ਪਾਕਿਸਤਾਨੀ ਹਾਂ ਲੇਕਿਨ ਪਹਿਲੇ ਮੈਂ ਪੰਜਾਬੀ ਹਾਂ, ਮੈਂ ਪੰਜਾਬੀ ਹਾਂ, ਮੇਰਾ ਸੂਬਾ ਪਾਕਿਸਤਾਨ ਦੀ ਫੈਡਰੇਸ਼ਨ ਦਾ ਹਿੱਸਾ ਹੈ। ਠੀਕ ਹੈ, ਇੱਥੇ ਅਮਰੀਕਾ 'ਚ ਵੀ ਸਟੇਟਸ ਆਪਣੇ ਕਲਚਰ, ਆਪਣੀ ਜ਼ੁਬਾਨ, ਆਪਣੀ ਆਇਡੈਂਟੀ ਦੇ ਬਾਰੇ 'ਚ ਆਜ਼ਾਦ ਨੇ। ਠੀਕ ਹੈ ਭੈਣ, ਮੈਂ ਇਸ ਵਕਤ ਛੀਨਿਆਂ ਦੀ ਹਿਸਟਰੀ ਨਹੀਂ ਦੱਸ ਰਹੀ ਤੁਹਾਨੂੰ, ਤੁਸੀਂ ਨੈੱਟ ਤੇ ਪਲੀਜ਼ ਜਾ ਕੇ ਵੇਖੋ ਤੇ ਤੁਹਾਨੂੰ ਛੀਨਾ ਜੱਟ ਫੈਮਿਲੀ ਇੱਕ ਪੰਜਾਬ ਵਿੱਚ ਇਹਨਾਂ ਦੀ ਬਹੁਤ ਵੱਡੀ ਰਹਿੰਦੀ ਜ਼ੁਬਾਨ ਤੇ ਠੀਕ ਹੈ, ਪੰਜਾਬ ਵਿੱਚ ਇਹਨਾਂ ਦੇ ਬਹੁਤ ਜ਼ਿਆਦਾ ਇਹਨਾਂ ਦੇ ਕਬਾਇਲ ਨੇ ਸਪੈਸ਼ਲੀ ਜਨੂਬੀ ਪੰਜਾਬ ਵਿੱਚ। ਮੈਂ ਗੱਲ ਕਰ ਰਹੀ ਹਾਂ ਫੈਡਰੇਸ਼ਨ ਦੀ, ਤੁਸੀਂ ਇਹ ਗਲਤ ਫਹਿਮੀ ਕੱਢ ਦਿਓ ਕਿ ਜਿਹੜਾ ਬੰਦਾ ਸੂਬੇ ਦੀ ਗੱਲ ਕਰੇਗਾ, ਜਿਹੜਾ ਬੰਦਾ ਪੰਜਾਬੀ ਜ਼ੁਬਾਨ ਦੀ ਗੱਲ ਕਰੇਗਾ ਜਾਂ ਪੰਜਾਬੀ ਜਿਹੜੀ ਆਪਣੇ ਸੂਬੇ ਦੇ ਹਕੂਕ ਦੀ ਗੱਲ ਕਰੇਗਾ ਉਹ ਪਾਕਿਸਤਾਨ ਦਾ ਗੱਦਾਰ ਹੈਗਾ। ਇਹ ਗਲਤ ਫਹਿਮੀ ਕੁਛ ਮਖਸੂਸ ਗਰੁੱਪਸ ਦੀ ਫੈਲਾਈ ਹੋਈ ਹੈ ਕਿ ਜੀ ਸਿਰਫ ਉਰਦੂ ਹੀ ਪਾਕਿਸਤਾਨੀ ਹੋਣ ਦੀ ਅਲਾਮਤ ਹੈ। ਇਹ ਗਲਤ ਗੱਲ ਹੈ, ਉਰਦੂ ਦੀ ਮੈਂ ਇੱਜ਼ਤ ਕਰਨੀ ਆ। ਠੀਕ ਹੈ, ਉਰਦੂ ਨੈਸ਼ਨਲ ਲੈਵਲ ਤੇ ਇੱਕ ਰਾਬਤੇ ਦੀ ਜ਼ੁਬਾਨ ਹੈ, ਉਹਦੀ ਵਜ੍ਹਾ ਕੀ ਹੈ? ਜਦੋਂ ਉਰਦੂ ਤਕਰੀਬਨ 15ਵੀਂ 16ਵੀਂ ਸਦੀ ਚ ਕਿਧਰੇ ਉਰਦੂ ਆਈ, ਇਸ ਤੋਂ ਪਹਿਲੇ ਬਾਕੀ ਜ਼ੁਬਾਨਾਂ ਤੇ ਪਹਿਲੇ ਵੀ ਮੌਜੂਦ ਸਨ। ਪੰਜਾਬੀ ਪਹਿਲੇ ਵੀ ਮੌਜੂਦ ਸੀ, ਬਲੋਚੀ ਪਹਿਲੇ ਮੌਜੂਦ ਸੀ, ਸਿੰਧੀ ਪਹਿਲੇ ਮੌਜੂਦ ਸੀ, ਪਸ਼ਤੋ ਵੀ ਪਹਿਲੇ ਮੌਜੂਦ ਸੀ। ਉਰਦੂ ਦਾ ਮਤਲਬ ਹੈ ਲਸ਼ਕਰ, ਜਦੋਂ ਢੇਰ ਸਾਰੇ ਮਤਲਬ ਮੁਖਤਲਿਫ ਮੁਲਕਾਂ ਦੇ ਮੁਸਲਾਮੀ ਲਸ਼ਕਰ 'ਚ ਫੌਜੀ ਜਮ੍ਹਾਂ ਹੋਏ, ਉਹਨਾਂ ਦੀ ਜ਼ੁਬਾਨਾਂ ਮਿਕਸ ਹੋ ਕੇ ਇੱਕ ਨਵੀਂ ਜ਼ੁਬਾਨ ਬਣੀ। ਇਹ ਕੋਈ 15ਵੀਂ ਜਾਂ 16ਵੀਂ ਸਦੀ ਦਾ ਕੰਮ ਹੈ, ਉਸ ਤੋਂ ਪਹਿਲਾਂ ਵੀ ਪੰਜਾਬੀ ਮੌਜੂਦ ਸੀ। ਹੁਣ ਜਿਹੜੀ ਜ਼ੁਬਾਨ 15ਵੀਂ 16ਵੀਂ ਸਦੀ ਜਾਂਦੀ ਪਈ, ਮੁਗਲਾਂ ਨੇ ਉਹਨੂੰ ਅਪਣਾ ਲਿਆ ਜਾਂ ਜਿਹੜੇ ਵੀ ਮੁਸਲਿਮ ਬਾਦਸ਼ਾਹ ਸੀ ਉਹਨਾਂ ਨੂੰ ਅਫੀਸ਼ੀਅਲ ਲੈਂਗੁਏਜ ਕਰਾਰ ਦੇ ਦਿੱਤਾ, ਜਾਂ ਬਲਕਿ ਅਫੀਸ਼ੀਅਲ ਲੈਂਗੁਏਜ ਤਾਂ ਖੈਰ ਪਰਸ਼ੀਅਨ ਸੀ, ਲੇਕਿਨ ਉਰਦੂ ਠੀਕ ਹੈ ਇਹਦੇ 'ਚ ਉਰਦੂ ਨੇ ਜਨਮ ਲਿਆ ਅੱਜ ਤੋਂ ਕੋਈ 2-2.5 ਸਦੀਆਂ ਪਹਿਲੇ। ਤੇ ਕਿਉਂਕਿ ਸਾਰੇ ਸੂਬਿਆਂ ਦੇ ਲੋਕ ਇਸ ਜ਼ੁਬਾਨ ਨੂੰ ਸਮਝਦੇ ਸਨ, ਇਸ ਲਈ ਇਸ ਜ਼ੁਬਾਨ ਨੂੰ ਰੱਬ ਤੇ ਰੱਬ ਜ਼ਰੀਆ ਕਰਾਰ ਦੇ ਦਿੱਤਾ ਗਿਆ। ਠੀਕ ਹੈ ਕਿ ਜੋ ਸਾਰੇ ਸੂਬੇ ਆਪਸ 'ਚ ਜਦੋਂ ਰਾਬਤਾ ਕਰਨਗੇ ਨੈਸ਼ਨਲ ਲੈਵਲ ਤੇ, ਤੇ ਇਹ ਜ਼ੁਬਾਨ ਇਸਤੇਮਾਲ ਕਰੇਗੀ ਕਿਉਂਕਿ ਸਾਰਿਆਂ ਨੂੰ ਆਉਂਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਸੀ ਹੋ ਸਕਦਾ ਕਿ ਅਸੀਂ ਆਪਣੀਆਂ ਪਿਛਲੀਆਂ ਜ਼ੁਬਾਨਾਂ ਛੱਡ ਦੇਵਾਂਗਾ, ਲੇਕਿਨ ਕੁਛ ਮਤਲਬ ਪ੍ਰਸਤ ਲੋਕਾਂ ਨੇ ਆਪਣੇ ਮਫਾਦਾਤ ਦੇ ਤਹੱਫਜ਼ ਲਈ ਸਾਨੂੰ ਇਹ ਕਹਿ ਦਿੱਤਾ ਕਿ ਜੀ ਅਸੀਂ ਬਾਕੀ ਸਾਰੀਆਂ ਆਪਣੀ ਉਰਦੂ ਪੰਜਾਬੀ ਦੀ ਨਿਗੇਸ਼ਨ ਕਰ ਦਿਓ, ਸਿੰਧੀ ਦੀ ਨਿਗੇਸ਼ਨ ਕਰ ਦਿਓ, ਬਲੋਚੀ ਦੀ ਨਿਗੇਸ਼ਨ ਕਰ ਦਿਓ, ਫਿਰ ਤੁਸੀਂ ਕੱਲ੍ਹ ਨੂੰ ਕਹੋਗੇ ਕਿ ਤੁਸੀਂ ਪੰਜਾਬੀ ਬਾਕੀ ਪੰਜਾਬੀ ਰਸਮ ਰਿਵਾਜ, ਫਿਰ ਤੁਸੀਂ ਫਿਰ ਸੂਬਿਆਂ ਦੀ ਕੀ ਮਤਲਬ ਤੁੱਕਾ? ਜੇ ਤੁਸੀਂ ਇੱਕ ਸਾਰੇ ਮੁਲਕ ਨੂੰ ਇੱਕੋ ਚਿੱਟਾ ਰੰਗ ਕਰਨਾ ਹੈ ਤਾਂ ਫਿਰ ਬਾਕੀ ਸੂਬਿਆਂ ਦੀ ਤਾਂ ਕੋਈ ਤੁੱਕ ਹੀ ਨਹੀਂ ਬਣਦੀ। ਫਿਰ ਬਾਕੀ ਸਾਰੇ ਸੂਬੇ ਖਤਮ ਕਰੋ, ਯੂਨਾਈਟਰੀ ਸਿਸਟਮ ਬਣਾ ਦਿਓ। ਸੂਬੇ ਹੋਣ ਦਾ ਮਕਸਦ ਹੀ ਇਹ ਵੇ ਕਿ ਹਰ ਸੂਬਾ ਆਪਣੀ ਆਇਡੈਂਟੀ, ਆਪਣੇ ਰਸੂਮੋ ਰਿਵਾਜ, ਆਪਣੇ ਕਲਚਰਸ ਕਾਇਮ ਰੱਖੇ ਤੇ ਉਹਨਾਂ ਕਲਚਰ। ਬਾਕੀ ਫੈਡਰੇਸ਼ਨ ਇੱਕ ਦਾ ਮਤਲਬ ਹੁੰਦਾ ਹੈ ਕਿ ਹਰ ਸੂਬੇ ਕੋਲ ਆਪਣੇ ਤਰੀਕਾਕਾਰ ਨਾਲ ਉਹ ਆਜ਼ਾਦ ਹੈ, ਸਿਰਫ ਦਿਫਾ ਤੇ ਫੋਰਨ ਅਫੇਅਰਸ ਤੇ ਕੁਛ ਦੋ ਦੋ ਸ਼ਾਇਦ ਹੋਰ ਨੇ, ਖਾਰਜਾ ਦਿਫਾ ਤੇ ਇੱਕ ਇੰਟਰਨਲ ਤੇ ਐਮਰਜੈਂਸੀ ਅਫੇਅਰਸ ਤੇ ਕੁਛ, ਇਹ ਚਾਰ ਜਿਹੜੇ ਮੇਨ ਚੀਜ਼ਾਂ ਹੁੰਦੀਆਂ ਨੇ ਬੇਸਿਕਲੀ ਫੈਡਰੇਸ਼ਨ ਕੋਲ ਹੁੰਦੀਆਂ ਨੇ। ਬਾਕੀ ਸਾਰੇ ਸੂਬਿਆਂ ਦੇ ਅਖਤਿਆਰਾਤ ਨੇ, ਸੂਬਿਆਂ ਦਾ ਆਪਣਾ ਸਿਸਟਮ ਹੁੰਦਾ ਹੈ, ਉਹਨਾਂ ਦੀ ਆਪਣੀ ਜ਼ੁਬਾਨ ਹੁੰਦੀ ਹੈ। ਤੁਸੀਂ ਇੱਥੇ ਅਮਰੀਕਾ 'ਚ ਆ ਕੇ ਦੇਖੋ, ਇੱਥੇ ਹਰ ਸੂਬਾ ਆਪਣੇ ਵਿੱਚ ਇੱਕ ਮੁਲਕ ਹੈ, ਉਹਨਾਂ ਦੀ ਆਪਣੀ ਪੁਲਿਸ ਹੈ, ਆਪਣੀ ਐਜੂਕੇਸ਼ਨ ਹੈ, ਆਪਣਾ ਰੈਵਨਿਊ ਸਿਸਟਮ ਹੈ, ਆਪਣਾ ਫਲੈਗ ਹੈ, ਹਰ ਸੂਬੇ ਦਾ ਆਪਣਾ ਝੰਡਾ ਹੈ। ਤੇ ਕਿਸੇ ਵੀ ਸਰਕਾਰੀ ਦਫ਼ਤਰ ਦੇ ਅੱਗੇ ਤੁਸੀਂ ਜਾਓ ਤੇ ਤੁਹਾਨੂੰ ਦੋ ਝੰਡੇ ਨਜ਼ਰ ਆਉਣਗੇ, ਇੱਕ ਸਟੇਟ ਦਾ ਝੰਡਾ ਤੇ ਇੱਕ ਮੁਲਕ ਦਾ ਝੰਡਾ। ਲੇਕਿਨ ਇਹ ਇੱਥੇ ਅਮਰੀਕਾ 'ਚ ਨਹੀਂ ਕਿਹਾ ਗਿਆ ਇਹਨਾਂ ਦੀ ਇਤਾਦ ਖਤਮ ਹੋ ਰਿਹਾ, ਹਾਲਾਂਕਿ ਇਹਨਾਂ ਦਾ ਝੰਡਾ ਤੱਕ ਆਪਣਾ, ਇਹਨਾਂ ਦੇ ਯੂਨੀਫਾਰਮ ਤੱਕ ਆਪਣੇ, ਈਚ ਐਂਡ ਐਵਰੀਥਿੰਗ, ਰੈਵਨਿਊ ਸਿਸਟਮ ਸਾਰਾ ਆਪਣਾ। ਸਟੇਟ ਇਹਨਾਂ ਤੇ ਟੈਕਸ ਵੀ ਨਹੀਂ ਲਾ ਸਕਦੀ, ਸਟੇਟ ਤੇ ਸਿਰਫ ਚੰਦ ਟੈਕਸ ਨੇ, ਬਾਕੀ ਸਾਰੀ ਟੈਕਸੇਸ਼ਨ ਤੇ ਜਿੰਨੇ ਵੀ ਇਹ ਸੂਬਿਆਂ ਕੋਲ ਹੈ, ਸੂਬੇ ਆਪਣਾ ਖਜ਼ਾਨੇ ਦਾ ਸਾਰਾ ਸਿਸਟਮ ਸੂਬਿਆਂ ਕੋਲ ਹੈ। ਠੀਕ ਹੈ, ਟੋਟਲ ਸੂਬਿਆਂ ਕੋਲ ਹੈ। ਮੈਂ ਆਪਣੇ ਮੁਲਕ 'ਚ ਵਾਹਿਦ ਚੀਜ਼ ਵੇਖੀ ਹੈ ਕਿ ਜੀ ਜਦੋਂ ਵੀ ਤੁਸੀਂ ਆਪਣੇ ਘਰ ਦੀ ਗੱਲ ਕਰੋਗੇ ਤਾਂ ਸਿੱਧੀ ਸਿੱਧੀ ਗੱਲ ਹੈ ਕਿ ਤੁਸੀਂ ਪਾਕਿਸਤਾਨ ਦੇ ਗੱਦਾਰ ਹੋ ਗਏ ਹੋ। ਮੈਂ ਪਾਕਿਸਤਾਨੀ ਹਾਂ, ਮੈਨੂੰ ਪਾਕਿਸਤਾਨੀ ਹੋਣ 'ਤੇ ਫਖਰ ਹੈ, ਪਾਕਿਸਤਾਨੀ ਮੇਰੀ ਪਹਿਚਾਣ ਹੈ, ਲੇਕਿਨ ਪਹਿਲੇ ਮੈਂ ਪੰਜਾਬੀ ਹਾਂ, ਮੇਰਾ ਦਿਲ ਪੰਜਾਬੀ ਹੈ। ਅਤੇ ਪਹਿਲੇ ਹੀ ਇਸ ਗਲਤ ਫਹਿਮੀ ਨੇ ਪੰਜਾਬ ਨੂੰ ਬਹੁਤ ਨੁਕਸਾਨ ਪਹੁੰਚਾਇਆ ਕਿ ਜੀ ਪੰਜਾਬੀ ਦੀ ਗੱਲ ਕਰਨਾ ਉਰਦੂ ਦੀ ਨਿਗੇਸ਼ਨ ਹੈ। ਮੈਂ ਕਿਉਂ ਉਰਦੂ ਨੂੰ ਪ੍ਰਮੋਟ ਕਰਾਂ? ਉਰਦੂ ਨੂੰ ਪ੍ਰਮੋਟ ਕਰਨ ਵਾਲੇ ਹੋਰ ਬੜੇ, ਉਰਦੂ ਨੂੰ ਪ੍ਰਮੋਟ ਕਰਨ ਵਾਲੇ ਹੋਰ ਬੜੇ ਬੈਠੇ ਨੇ, ਉਰਦੂ ਦੀ ਗੱਲ ਕਰਨ ਵਾਲੇ ਹੋਰ ਬੜੇ ਬੈਠੇ ਨੇ। ਉਰਦੂ 'ਚ ਇੰਟਰਨੈਸ਼ਨਲ, ਸਾਡਾ ਨੈਸ਼ਨਲ ਮੀਡੀਆ ਕੰਮ ਕਰ ਰਿਹਾ, ਉਰਦੂ ਦੀ
उर्दू च साडा प्रिंट मीडिया काम कर रहा है, उर्दू साडे ड्रामे बन रहे ने, उर्दू सानू पढ़ा रहे हो तुसी, साडे स्कूलें तुसी उर्दू लाई है, सानू साडे स्कूलें तुसी पंजाबी बोलने की इजाजत नहीं देंदे। ठीक है, एक रबते की जबान की तबलीग मैं कारे तो करा, मैं क्यों उर्दू की गल करा? जिन्हां की जबान उर्दू है, मैं हुण कह रही हां जिन्हां की जबान उर्दू है वह उर्दू की करन, जरूर करन। ठीक है, मेरी मादरी जबान मेरी ਪੰਜਾਬੀ ਹੈ। ਜਿਹੜੇ ਮੇਰੇ ਤੋਂ ਪੁੱਛਦੇ ਨੇ ਕਿ ਤੁਸੀਂ ਤੁਹਾਡੀ ਜ਼ਬਾਨ ਆਈਡੈਂਟੀ ਉਰਦੂ ਹੈ ਕਿ ਤੁਹਾਡੀ ਆਈਡੈਂਟੀ ਪੰਜਾਬੀ ਹੈ, ਪਹਿਲੇ ਕਿਹੜੀ ਹੈ? ਮੈਨੂੰ ਦੱਸੋ, ਮਾਂ ਪਹਿਲੇ ਆਉਂਦੀ ਹੈ ਕਿ ਕੌਮ ਪਹਿਲੇ ਆਉਂਦੀ ਹੈ? ਇੰਨਾ ਕੁ ਸਵਾਲ। ਮੈਂ ਮਾਂ ਪਹਿਲੇ ਆਉਂਦੀ ਹੈ, ਮੇਰੀ ਮਾਂ ਦੀ ਜ਼ਬਾਨ ਪੰਜਾਬੀ, ਸੋ ਮੈਂ ਪਹਿਲੇ ਪੰਜਾਬੀ। ਪਾਕਿਸਤਾਨ ਬਾਅਦ 'ਚ ਬਣਿਆ, ਅਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਪਾਕਿਸਤਾਨ ਦੇ ਖਿਲਾਫ ਹਾਂ। ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਲਈ ਮੇਰੇ ਖੂਨ ਦਾ ਇੱਕ ਕਤਰਾ ਹਾਜ਼ਰ, ਮੇਰੀ ਪਛਾਣ ਪਾਕਿਸਤਾਨੀ ਅਤੇ ਪਾਕਿਸਤਾਨ ਦੇ ਵਿੱਚ ਮੇਰੀ ਪਛਾਣ ਪੰਜਾਬੀ। ਤੇ ਜੇ ਤੁਸੀਂ ਪੰਜਾਬੀ ਦੀ, ਸਿੰਧੀ ਦੀ, ਬਲੋਚੀ ਦੀ, ਕਿਸੇ ਦੀ ਵੀ ਨਿਗੇਸ਼ਨ ਕਰਨੀ ਹੈ, ਇਹਨਾਂ ਦਾ ਨਾਂ ਲੈਣਾ ਗੁਨਾਹ ਹੈ, ਤੇ ਫਿਰ ਸੂਬੇ ਖਤਮ ਕਰ ਦਿਓ। ਫਿਰ ਤੁਸੀਂ ਯੂਨਾਈਟਰੀ ਸਿਸਟਮ ਬਣਾਓ, ਇਹ ਡਰਾਮੇਬਾਜ਼ੀ ਬੰਦ ਕਰੋ ਕਿ ਜੀ ਚਾਰ ਸੂਬੇ ਨੇ ਤੇ ਉਹਨਾਂ ਨੂੰ ਆਪਣੇ ਆਪਣੇ ਹਦੂਦ ਦੇ ਵਿੱਚ ਆਪਣੀ ਆਪਣੇ ਕਲਚਰਸ ਤੇ ਆਪਣੀ ਆਪਣੀਆਂ ਜ਼ਬਾਨਾਂ ਤੇ ਆਪਣੇ ਆਪਣੇ ਸਿਸਟਮ ਤੇ ਆਜ਼ਾਦ ਨੇ। ਅਸੀਂ ਆਜ਼ਾਦ ਨਹੀਂ ਹੈ ਇੱਥੇ ਤਾਂ ਪੰਜਾਬੀ ਦੀ ਗੱਲ ਕਰਨੀ ਹੈ, ਤੇ ਬਹੁਤ ਸਾਰੇ ਸਾਡੇ ਪੰਜਾਬੀਆਂ ਦੇ ਵਿੱਚੋਂ ਹੀ ਸਾਡੇ ਨਾਲ ਲੜਨ ਲੱਗ ਪਾਉਂਦੇ ਨੇ, ਲਓ ਜੀ ਤੁਸੀਂ ਤੇ ਪਾਕਿਸਤਾਨ ਦੇ ਗਦਾਰ ਹੋ ਗਏ, ਤੁਸੀਂ ਪੰਜਾਬੀ ਦੀ ਗੱਲ ਕਰ ਲਓ। ਰੱਬ ਦਾ ਨਾਂ ਜੇ ਮੇਰੇ ਭਰਾਓ, ਇਹ ਗਲਤ ਫਹਿਮੀ ਕੱਢ ਦਿਓ। ਮੈਂ ਸਿੰਪਲੀ ਦੱਸਣੀ ਹੈ, ਜਦੋਂ ਤੁਸੀਂ ਕਿਸੇ ਨਾਲ ਰਿਸ਼ਤਾ ਕਰਦੇ ਹੋ, ਕਿਆ ਤੁਸੀਂ ਆਪਣਾ ਪਿਛਲਾ ਸਾਰਾ ਕੁਝ ਛੱਡ ਦਿੰਦੇ ਹੋ? ਜਦੋਂ ਤੁਸੀਂ ਇਸਲਾਮ ਕਬੂਲ ਕੀਤਾ ਸੀ, ਫਿਰ ਸਿੱਧੀ ਜੀ ਗੱਲ ਹੈ, ਫਿਰ ਤੁਸੀਂ ਸਾਰੇ ਮੁਸਲਮਾਨ ਹੋ। ਜਦੋਂ ਇਸਲਾਮ ਕਬੂਲ ਕੀਤਾ, ਫਿਰ ਪਾਕਿਸਤਾਨ ਨੂੰ ਵੀ ਛੱਡੋ, ਤੁਸੀਂ ਅਰਬੀ ਚੋਲੇ ਪਾਇਆ ਕਰੋ। ਫਿਰ ਤਾਂ ਇਹ ਤਰੀਕਾ ਬਣਦਾ ਨਾ, ਨਹੀਂ ਤਾਂ ਤੁਸੀਂ ਤਾਂ ਮੁਸਲਮਾਨ ਹੀ ਨਹੀਂ ਰਹੇ। ਮੈਨੂੰ ਦੱਸੋ ਕਿੱਥੇ ਲਿਖਿਆ ਹੈ ਕਿ ਜੀ ਲਿਬਾਸ ਤੁਹਾਡਾ, ਮਤਲਬ ਤੁਸੀਂ ਮੁਸਲਮਾਨ ਹੋਏ ਹੋ, ਕਿਧਰੇ ਸਾਨੂੰ ਇਹ ਹੁਕਮ ਦਿੱਤਾ ਗਿਆ ਕਿ ਜੀ ਤੁਸੀਂ ਅਰਬੀ ਚੋਲਾ ਪਾਉਣਾ, ਤੁਸੀਂ ਅਰਬੀ ਬੋਲਣੀ ਹੈ ਤੁਸੀਂ? ਹਾਲਾਂਕਿ ਇਸਲਾਮ ਤੇ ਪੂਰਾ ਕਨਸੈਪਟ ਉਰਦੂ ਉਹਦੇ 'ਚ ਅਰਬੀ 'ਚ ਨਾਜ਼ਲ ਹੋਇਆ, ਫਿਰ ਅਸੀਂ ਅਰਬੀ ਕਿਉਂ ਨਹੀਂ ਬੋਲਦੇ ਪਏ? ਇਹ ਗਲਤ ਫਹਿਮੀ ਕੱਢ ਦਿਓ ਕਿ ਇੱਕ ਜ਼ੁਬਾਨ ਦੀ ਗੱਲ ਕਰਨਾ ਦੂਜੀ ਜ਼ੁਬਾਨ ਦੀ ਨਿਗੇਸ਼ਨ ਹੈ, ਪੰਜਾਬ ਦੀ ਗੱਲ ਕਰਨਾ ਵਫਾਕ ਦੀ ਨਿਗੇਸ਼ਨ ਹੈ। ਤੇ ਇਸ ਚੀਜ਼ ਤੋਂ ਆਜ਼ਾਦੀ ਹਾਸਲ ਕਰੋ, ਆਪਣੀਆਂ ਮਕਾਮੀ ਜ਼ੁਬਾਨਾਂ ਨੂੰ ਮਾਣ ਦਿਓ, ਪਾਕਿਸਤਾਨ ਵਿੱਚ ਰੰਗ ਭਰੋ। ਖੁਦਾ ਦਾ ਨਾਂ ਜੀ, ਅਸੀਂ ਪਹਿਲੇ ਬਹੁਤ ਥੱਕੇ ਪਏ ਹਾਂ ਕਿ ਇੱਕੋ ਹੀ ਰੰਗ ਚੜਾਈ ਜਾਂਦੇ ਹੋ ਹਰ ਪਾਸੇ। ਪਾਕਿਸਤਾਨ ਵਿੱਚ ਮਲਟੀ ਕਲਚਰਸ ਨੂੰ ਤੁਸੀਂ ਖਤਮ ਕਰ ਰਹੇ ਹੋ। ਇੱਕ ਮੁਲਕ ਦੀ ਖੂਬਸੂਰਤੀ ਕੀ ਹੁੰਦੀ ਹੈ? ਬਾਹਰੋਂ ਵਿਜ਼ਟਰਸ ਉੱਥੇ ਕੀ ਵੇਖਣ ਆਉਣਗੇ? ਤੁਸੀਂ ਸਾਰੀਆਂ ਸਕਾਫਤਾਂ ਮੁਕਾ ਰਹੇ ਹੋ, ਤੁਸੀਂ ਸਾਰੇ ਰੰਗ ਮੁਕਾ ਰਹੇ ਹੋ। ਆਪਣੇ ਗਵਾਂਢੀ ਇੰਡੀਆ ਨੂੰ ਵੇਖੋ, ਉਹ ਆਪਣੀਆਂ ਜ਼ੁਬਾਨਾਂ ਨੂੰ ਇੰਨੇ ਫਖਰ ਨਾਲ ਪ੍ਰਮੋਟ ਕਰਦੇ ਨੇ, ਸਾਡੀ ਗੁਜਰਾਤੀ ਏ, ਇਹ ਸਾਡੀ ਰਾਜਸਥਾਨੀ ਏ, ਇਹ ਸਾਡੀ ਮਦਰਾਸੀ ਏ, ਇਹ ਸਾਡੀ ਉਹਨਾਂ ਦੀ ਜਿਹੜੀ ਤਾਮਿਲ ਏ। ਯਾਰ ਉਹਨਾਂ ਦੀ ਤਾਂ ਤਾਮਿਲ ਦੀ ਪੂਰੀ ਇੱਕ ਇੰਡਸਟਰੀ ਬਣੀ ਪਈ ਹੈ, ਪੰਜਾਬੀ ਇੰਡਸਟਰੀ ਉਹਨਾਂ ਦੀ ਕਿੱਥੇ ਦੀ ਕਿੱਥੇ ਅੱਪੜ ਗਈ ਹੈ, ਉਹਨਾਂ ਦੀ ਹਿੰਦੀ ਇੰਡਸਟਰੀ ਕਿੱਥੇ ਦੀ ਕਿੱਥੇ ਅੱਪੜੀ, ਉਹਨਾਂ ਦੀਆਂ ਤਾਂ ਡਿਫਰੈਂਟ ਲੈਂਗੁਏਜ ਨੂੰ ਵਧਾ, ਅਤੇ ਉਹ ਬਾਹਰ ਦੇ ਮੁਲਕਾਂ ਨੂੰ ਇਹ ਚੀਜ਼ਾਂ ਅਟਰੈਕਟ ਕਰਦੀਆਂ ਨੇ, ਲੋਕਾਂ ਨੂੰ ਅਟਰੈਕਟ ਕਰਦੀਆਂ ਅਤੇ ਮੁਹੱਜ਼ਬ ਹੋਣ ਦੀ ਨਿਸ਼ਾਨੀ ਨੇ। ਅਸੀਂ ਕਹਿੰਦੇ ਹਾਂ ਜੀ ਪੰਜਾਬੀ ਦੀ ਗੱਲ ਨਾ ਕਰੋ, ਤੁਸੀਂ ਲੈਕਚਰ ਦੇ ਰਹੇ ਹੋ। ਮੈਨੂੰ ਕੱਲ੍ਹ ਕਿਸੇ ਨੇ ਕਹਿ ਦਿੱਤਾ ਜੀ ਤੁਸੀਂ ਲੈਕਚਰ ਦੇ ਰਹੇ ਹੋ, ਅਤੇ ਬਿਹਤਰ ਸੀ ਤੁਸੀਂ ਲੈਕਚਰ ਉਰਦੂ ਲਈ ਦੇ ਦਿੰਦੇ। ਮੈਂ ਨਹੀਂ ਦਿੰਦੀ ਉਰਦੂ ਲਈ ਲੈਕਚਰ, ਮੈਂ ਕਾਹਦੇ ਤੋਂ ਦੇਵਾਂ? ਹਰ ਬੰਦਾ ਉਰਦੂ ਦੀ ਗੱਲ ਕਰ ਰਿਹਾ, ਉਰਦੂ ਜੀਵੇ ਸ਼ਾਲਾ, ਮੈਂ ਕਹਿੰਦੀ ਹਾਂ ਠੀਕ ਹੈ ਜੀਵੇ, ਲੇਕਿਨ ਮੈਂ 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 ਪੰਜਾਬੀ ਦੀ ਗੱਲ ਕਰਾਂ। ਜਦੋਂ ਮੇਰੀ ਮਾਂ ਦੀ ਜ਼ੁਬਾਨ ਖਤਮ ਹੋ ਰਹੀ ਹੈ, ਤਾਂ ਮੈਂ ਆਪਣੀ ਮਾਂ ਦੀ ਹਿਫਾਜ਼ਤ ਕਰਾਂ ਕਿ ਮੈਂ ਜਾ ਕੇ ਉਰਦੂ ਦੀ ਹਿਫਾਜ਼ਤ ਕਰਾਂ ਜਿਹੜੀ ਕਿ 17ਵੀਂ ਸਦੀ 'ਚ ਪੈਦਾ ਹੋਈ? ਪੰਜਾਬੀ ਇੱਥੇ ਸਾਰੀ ਜ਼ਿੰਦਗੀ ਦੀ ਬੋਲੀ ਜਾ ਰਹੀ ਹੈ, ਪਸ਼ਤੋ ਇੱਥੇ ਸਾਰੀ ਜ਼ਿੰਦਗੀ ਦੀ ਬੋਲੀ ਜਾ ਰਹੀ ਹੈ, ਸਿੰਧੀ ਇੱਥੇ ਸਾਰੀ ਜ਼ਿੰਦਗੀ ਦੀ ਬੋਲੀ ਜਾ ਰਹੀ ਹੈ, ਇੱਥੇ ਬਲੋਚੀ ਇੱਥੇ ਸਾਰੀ ਜ਼ਿੰਦਗੀ ਦੀ ਬੋਲੀ ਜਾ ਰਹੀ ਹੈ, ਤਾਂ ਮਕਾਮੀ ਜ਼ੁਬਾਨਾਂ ਤੁਸੀਂ ਕਿਉਂ ਖਤਮ ਕਰ ਰਹੇ ਹੋ? ਮੈਨੂੰ ਦੱਸੋ ਜੇ ਮਕਾਮੀ ਜ਼ੁਬਾਨ ਦੀ, ਮੇਰੇ ਤੋਂ ਸਿੰਧ 'ਚੋਂ ਕਿਸੇ ਮੇਰੇ ਤੋਂ ਸਵਾਲ ਕੀਤਾ, ਮੈਨੂੰ ਦੱਸੋ ਸਿੰਧ 'ਚ ਕਿਆ ਸਰਕਾਰੀ ਦਫ਼ਤਰਾਂ ਦੇ ਵਿੱਚ ਸਿੰਧੀ ਨਹੀਂ ਬੋਲਦੇ? ਮਾਣ ਨਾਲ ਬੋਲਦੇ ਨੇ, ਤੇ ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦੀ। ਉਸ ਤੋਂ ਬਾਅਦ ਕੀ ਜਿੰਨੇ ਵੀ ਪਠਾਨ ਭਰਾ ਮੈਨੂੰ, ਬਲਕਿ ਖਿਜ਼ਰ ਆਜ਼ਾਦ ਖਾਨ ਸਾਹਿਬ, ਮੈਂ ਉਰਦੂ ਮੈਂ ਬੋਲ ਰਹੀ ਹੂੰ, ਖਿਜ਼ਰ ਆਜ਼ਾਦ ਖਾਨ ਸਾਹਿਬ ਅਗਰ ਆਪ ਮੁਝੇ ਸੁਣ ਰਹੇ ਹੈ, ਤਾਂ ਆਪ ਮੁਝੇ ਇਹ ਬਤਾਈਏਗਾ ਕਿ ਕਿਆ ਪਖਤੂਨ ਆਪਣੇ ਕਲਚਰ ਔਰ ਆਪਣੀ ਰਸੂਮੋ ਰਿਵਾਜ ਕੀ ਕਸਮ ਨਹੀਂ ਉਠਾਤੇ? ਉਹਨਾਂ ਨੇ ਜਬ ਕੋਈ ਕਸਮ ਉਠਾਨੀ ਹੋ, ਤਾਂ ਉਹ ਪਖਤੂਨ ਕਲਚਰ ਕੀ ਕਸਮ ਉਠਾਤੇ ਹੈ, ਆਪਣੀ ਪਖਤੂਨ ਜ਼ੁਬਾਨ ਕੀ ਕਸਮ ਉਠਾਤੇ ਹੈ? ਕਦੀ ਕਿਸੇ ਉਹਨਾਂ ਨੂੰ ਕਿਹਾ? ਕਦੀ ਕਿਸੇ ਨੇ ਉਨਸੇ ਕਹਾ ਕਿ ਉਹ ਗਲਤ ਹੈ? ਕਦੀ ਨਹੀਂ ਕਿਹਾ। ਮੈਂ ਵੀ ਉਹਨੇ ਗਲਤ ਨਹੀਂ ਕਹਿਤੀ ਹੈ, ਮੈਂ ਥੋੜ੍ਹੀ ਉਰਦੂ ਇਸ ਲਈ ਬੋਲ ਰਹੀ ਹੂੰ ਕਿ ਜਿਨ ਭਾਈਓਂ ਕੋ ਜੋ ਯੇ ਸੁਣ ਰਹੇ ਹੈ ਸਿੰਧ ਔਰ ਯੇ ਇਨਕੋ ਯੇ ਚੀਜ਼ ਸਮਝ ਆ ਜਾਏ। ਮੈਂ ਕਦੀ ਉਹਨਾਂ ਨੂੰ ਗਲਤ ਨਹੀਂ ਕਹਿੰਦੀ, ਠੀਕ ਹੈ ਬਈ, ਉਹਨਾਂ ਦਾ ਹੱਕ ਹੈ, ਉਹਨਾਂ ਨੂੰ ਬੋਲਣੀ ਚਾਹੀਦੀ,
ਉਹਨਾਂ ਦੀ ਮੁਕਾਮੀ ਜ਼ੁਬਾਨ ਹੈ। ਜਦੋਂ ਤੁਸੀਂ ਕਿਸੇ ਮੁਆਹਦੇ ਦਾ ਬਣਦੇ ਹੋ ਹਿੱਸਾ, ਤੇ ਕਿਆ ਪਿਛਲੇ ਸਾਰੇ ਆਪਣਾ ਸਾਰਾ ਕੁਝ ਆਪਣੀ ਪਛਾਣ ਛੱਡ ਦਿੰਦੇ ਹੋ? ਨਹੀਂ ਛੱਡਦੇ, ਤੇ ਫਿਰ ਪੰਜਾਬੀ ਕਿਉਂ ਛੱਡੀਏ? ਸਿੰਪਲ ਜੀ ਗੱਲ ਹੈ। ਤੇ ਜਾਂ ਫਿਰ ਸਾਨੂੰ ਦੱਸ ਦਿਓ ਕਿ ਵਫਾਕ ਦਾ ਕੀ ਮਕਸਦ ਹੈ? ਵਫਾਕ ਦਾ ਲਫ਼ਜ਼ ਇਸਤੇਮਾਲ ਕਰਨਾ ਛੱਡ ਦਿਓ, ਰਿਪਬਲਿਕ ਦਾ ਲਫ਼ਜ਼ ਇਸਤੇਮਾਲ ਕਰਨਾ ਛੱਡ ਦਿਓ। ਤੁਸੀਂ ਇੱਥੇ ਕਹੋ ਕਿ ਇੱਥੇ ਇੱਕ ਯੂਨਾਈਟਰੀ ਸਿਸਟਮ ਹੈ, ਤੇ ਜਿਹਦੇ ਵਿੱਚ ਮਤਲਬ ਇੱਕ ਹੀ ਜ਼ਬਾਨ ਬੋਲੋਗੇ, ਬਲਕਿ ਯੂਨਾਈਟਰੀ ਸਿਸਟਮ ਵਿੱਚ ਵੀ ਸਾਰੀਆਂ ਜ਼ਬਾਨਾਂ ਬੋਲੀਆਂ ਜਾਂਦੀਆਂ, ਤੇ ਮੁਖਤਲਿਫ ਜ਼ਬਾਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ। ਮੇਰਾ ਖਿਆਲ ਹੈ ਸਾਰੇ ਭਰਾਵਾਂ ਨੂੰ ਇਸ ਗੱਲ ਨੂੰ ਬੈਕਅਪ ਕਰਨਾ ਚਾਹੀਦਾ ਕਿ ਸਾਨੂੰ ਆਪਣੀ ਮਲਟੀਕਲਚਰਿਜ਼ਮ ਨੂੰ ਉੱਤੇ ਲਿਆਉਣਾ ਚਾਹੀਦਾ, ਨਾ ਕਿ ਅਸੀਂ ਉਹਨੂੰ ਖਤਮ ਕਰ ਦਈਏ। ਤੇ ਜੀ ਬਹੁਤ ਸ਼ੁਕਰੀਆ ਫਰਤ ਗੁਲਜ਼ਾਰ ਗੋਂਦਲ ਹਰਿਆਣੇ ਤੋਂ ਜੀ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਮਿਹਰਬਾਨੀ ਤੁਹਾਡੀ। ਤੇ ਪਹਿਲੇ ਹੀ ਅੱਲਾ ਕਰੇ ਮੇਰੇ ਪੰਜਾਬੀ ਭਰਾਵਾਂ ਨੂੰ ਤੇ ਪੰਜਾਬੀਆਂ ਨੂੰ ਇਹ ਗੱਲ ਸਮਝ ਆ ਜਾਏ ਕਿ ਉਰਦੂ ਸਾਡੀ ਜ਼ੁਬਾਨ ਨਹੀਂ ਹੈ, ਅਸੀਂ ਉਰਦੂ ਦੀ ਇੱਜ਼ਤ ਕਰਨੇ ਆ। ਸਾਨੂੰ ਪ੍ਰੋਵਿੰਸ਼ੀਅਲ ਨੈਸ਼ਨਲ ਲੈਵਲ ਤੇ ਜਦੋਂ ਵੀ ਲੋੜ ਪਵੇ ਅਸੀਂ ਉਰਦੂ ਬੋਲਾਂਗੇ, ਕਿਉਂਕਿ ਉਹ ਸਾਡੀ ਰਾਬਤੇ ਦੀ ਜ਼ਬਾਨ ਹੈ, ਇਟਸ ਅ ਕਮਿਊਨੀਕੇਸ਼ਨ ਲੈਂਗੁਏਜ। ਬਟ ਦਾ ਪ੍ਰੋਬਲਮ ਇਜ਼ ਦੈਟ ਅਵਰ ਮਦਰ ਲੈਂਗੁਏਜ ਇਜ਼ ਪੰਜਾਬੀ, ਐਂਡ ਪੰਜਾਬੀ ਇਜ਼ ਬੀਇੰਗ ਡਿਸਟਰੋਇਡ ਬਾਏ ਸੱਚ ਕਾਇੰਡ ਆਫ ਮਿਸਕਨਸੈਪਸ਼ਨਸ ਪੰਜਾਬੀ ਇਜ਼ ਬੀਇੰਗ ਡਿਸਟਰੋਇਡ। ਸੋ ਵੀ ਹੈਵ ਟੂ ਪ੍ਰਮੋਟ ਪੰਜਾਬੀ, ਵੀ ਹੈਵ ਟੂ ਸਪੀਕ ਪੰਜਾਬੀ, ਪੰਜਾਬੀ ਲਈ ਗੱਲ ਕਰੋ, ਪੰਜਾਬੀ ਹੋਣ 'ਤੇ ਮਾਣ ਕਰੋ। ਦੁਨੀਆ ਦੇ ਕਿਸੇ ਕੋਨੇ 'ਚ ਬੈਠੇ ਹੋ, ਤੁਸੀਂ ਗੱਲ ਕਰੋ ਪੰਜਾਬੀਆਂ ਦੀ। ਪੰਜਾਬ ਅਸੀਂ ਅਸੀਂ ਇਸ ਪਾਕਿਸਤਾਨ 'ਚ ਇੱਕ ਮੈਜੋਰਟੀ 'ਚ ਹੋਣ ਦੇ ਬਾਵਜੂਦ ਆਪਣੀ ਜ਼ਬਾਨ ਦੀ ਖੋਲ੍ਹ ਕੇ ਗੱਲ ਨਹੀਂ ਕਰ ਸਕਦੇ, ਅਤੇ 1870 'ਚ ਲੱਗੀ ਜਿਹੜੀ ਪਾਬੰਦੀ ਉਹਦੇ ਤੱਕ ਅਸੀਂ ਹਟਵਾ ਨਹੀਂ ਸਕੇ। ਸਾਡੇ ਸਕੂਲਾਂ 'ਚ ਕੀ ਇਹ ਜ਼ੁਲਮ ਨਹੀਂ ਕਿ ਅਸੀਂ ਆਪਣੇ ਸਕੂਲਾਂ 'ਚ ਪੰਜਾਬੀ ਬੋਲੀਏ ਤੇ ਸਾਨੂੰ 50-60 ਰੁਪਏ ਸਾਡੇ ਬੱਚਿਆਂ ਨੂੰ ਫਾਈਨ ਦੇਣਾ ਪਵੇ? ਕਿਉਂ ਪੰਜਾਬੀ ਕੋਈ ਕੁਫਰ ਹੈ? ਜੀ ਬਹੁਤ ਸ਼ੁਕਰੀਆ ਰਾਣਾ ਅਲੀ ਸਾਹਿਬ, ਪੰਜਾਬੀ ਕੋਈ ਕੁਫਰ ਹੈ? ਪੰਜਾਬੀ ਬੋਲਣਾ ਕੀ ਕੋਈ ਕ੍ਰਿਮੀਨਲ ਅਫੈਂਸ ਹੈ ਕਿ ਤੁਸੀਂ ਪੰਜਾਬੀ ਬੋਲੀਏ ਤੇ ਤੁਹਾਨੂੰ ਫਾਈਨ ਬੋਲਿਆ ਜਾਏਗਾ? ਮੈਂ ਕਹਿੰਦੀ ਹਾਂ ਇਸ ਗੱਲ ਤੇ ਸਾਨੂੰ ਮਰ ਜਾਣਾ ਚਾਹੀਦਾ ਕਿ ਅਸੀਂ ਆਪਣੀ ਮਾਦਰੀ ਜ਼ੁਬਾਨ ਬੋਲੀਏ ਤੇ ਸਾਨੂੰ ਫਾਈਨ ਦੇਣਾ ਪੈਂਦਾ। ਸਾਨੂੰ ਮਰ ਜਾਣਾ ਚਾਹੀਦਾ ਕਿ ਅਸੀਂ ਪੰਜਾਬੀ ਬੋਲੀਏ ਤੇ ਪੰਜਾਬੀ ਹੋਣਾ ਅਨਪੜ੍ਹ ਹੋਣ ਦੀ ਨਿਸ਼ਾਨੀ ਬਣਾ ਦਿੱਤਾ ਗਿਆ, ਤੇ ਅਸੀਂ ਆਪ ਬਣਾਇਆ, ਕਸੂਰ ਸਾਡਾ। ਸੋ ਸਾਡੇ ਨੌਜਵਾਨ ਤਬਕੇ ਨੂੰ, ਸਾਡੇ ਪੜ੍ਹੇ ਲਿਖੇ ਲੋਕਾਂ ਨੂੰ, ਇੰਜੀਨੀਅਰਸ ਨੂੰ, ਡਾਕਟਰਸ ਨੂੰ, ਸਾਰਿਆਂ ਨੂੰ ਪੰਜਾਬੀ ਨੂੰ ਅਪਣਾਉਣਾ ਪੈਣਾ, ਪੰਜਾਬੀ ਨੂੰ ਪ੍ਰਮੋਟ ਕਰਨਾ ਪੈਣਾ, ਪੰਜਾਬੀ ਦੇ ਬਾਰੇ 'ਚ ਮਿਸਕਨਸੈਪਸ਼ਨ ਕੱਢਣੀ ਪੈਣੀ, ਅਤੇ ਸਭ ਤੋਂ ਵੱਡੀ ਗਲਤ ਫਹਿਮੀ ਕੱਢਣੀ ਪੈਣੀ ਹੈ ਕਿ ਪੰਜਾਬੀ ਅਤੇ ਪੰਜਾਬ ਦੀ ਗੱਲ ਕਰਨਾ ਪਾਕਿਸਤਾਨ ਦੀ ਨਿਗੇਸ਼ਨ ਨਹੀਂ, ਪੰਜਾਬੀ ਦੀ ਗੱਲ ਕਰਨਾ ਉਰਦੂ ਦੀ ਨਿਗੇਸ਼ਨ ਨਹੀਂ। ਉਰਦੂ ਸਿਰਫ ਰਾਬਤੇ ਦੀ ਜ਼ੁਬਾਨ ਹੈ ਸੂਬਿਆਂ ਦੇ ਦਰਮਿਆਨ ਕਮਿਊਨੀਕੇਸ਼ਨ ਲਈ। ਇਸ ਤੋਂ ਵੱਧ ਉਰਦੂ ਦੀ ਕੋਈ ਹੈਸੀਅਤ ਪਾਕਿਸਤਾਨ ਵਿੱਚ ਨਹੀਂ ਹੈ। ਲੇਕਿਨ ਉਰਦੂ ਇਹਦਾ ਮਤਲਬ ਹੁਣ ਚਾਹੇ ਮੇਰੇ 'ਤੇ ਫਤਵੇ ਲਾਏ ਜਾਣ ਜਾਂ ਜੋ ਵੀ ਮੈਨੂੰ ਕਿਹਾ ਜਾਏ, ਲੇਕਿਨ ਇਹ ਹਕੀਕਤ ਹੈ, ਭਾਵੇਂ ਤੁਸੀਂ ਅੱਜ ਕਬੂਲ ਕਰੋ ਅਤੇ ਭਾਵੇਂ ਕੱਲ੍ਹ ਕਬੂਲ ਕਰੋ, ਉਰਦੂ ਰਾਬਤੇ ਦੀ ਜ਼ੁਬਾਨ ਹੈ। ਉਰਦੂ ਸਾਡੀ ਪਾਕਿਸਤਾਨ ਦੀ ਸਟੇਟ ਲੈਂਗੁਏਜ ਹੈ, ਸਟੇਟ ਲੈਂਗੁਏਜ। ਹੁਣ ਇੱਕ ਗਲਤ ਫਹਿਮੀ ਕੱਢ ਲਓ, ਪਾਕਿਸਤਾਨ ਵਿੱਚ ਇੱਕ ਸਟੇਟ ਹੈ, ਇੱਕ ਰਿਪਬਲਿਕ ਹੈ, ਇੱਕ ਸਟੇਟ ਹੈ। ਇਸ ਸਟੇਟ ਵਿੱਚ 4 ਸੂਬੇ ਨੇ, ਉਹਨਾਂ 4 ਸੂਬਿਆਂ ਦੀਆਂ ਆਪਣੀਆਂ ਜ਼ੁਬਾਨਾਂ ਨੇ, ਉਹਨਾਂ 4 ਸੂਬਿਆਂ 'ਚ ਡਿਫਰੈਂਟ ਲੋਕ ਰਹਿੰਦੇ ਨੇ, ਉਹਨਾਂ ਡਿਫਰੈਂਟ ਲੋਕਾਂ ਦੇ ਮੁਖਤਲਿਫ ਕਲਚਰ ਨੇ, ਮੁਖਤਲਿਫ ਸਕਾਫਤਾਂ ਨੇ। ਕਿਆ ਪਾਕਿਸਤਾਨ ਦੇ ਵਫਾਕ ਬਣਾਉਂਦਿਆਂ ਇਹ ਮੁਆਹਿਦਾ ਹੋਇਆ ਸੀ ਕਿ ਉਹ ਆਪਣੀਆਂ ਉਹ ਸਾਰੀਆਂ ਚੀਜ਼ਾਂ ਪਿਛਲੀਆਂ ਛੱਡ ਦੇਣਗੇ? ਜੇ ਤਾਂ ਇਹ ਮੁਆਹਿਦਾ ਹੋਇਆ ਸੀ ਤਾਂ ਮੈਨੂੰ ਦੱਸ ਦਿਓ, ਠੀਕ ਹੈ? ਹੁਣ ਸਟੇਟ ਦੀ ਆਪਣੀ ਜ਼ੁਬਾਨ ਹੈ, ਇੱਥੇ 50 ਸਟੇਟਾਂ ਨੇ, ਅਤੇ 50 ਸਟੇਟਸ 'ਚ ਹੋ ਸਕਦਾ ਉਹਨਾਂ ਦੀਆਂ ਡਿਫਰੈਂਟ ਲੈਂਗੁਏਜ ਹੋਣ। ਮੈਂ ਪਹਿਲੇ ਇੱਕ ਆਰਟੀਕਲ 'ਚ ਵੀ ਲਿਖਿਆ ਕਿ ਲੋਕ ਆਪਣੇ ਕਲਚਰਸ ਲਈ ਆਜ਼ਾਦ ਨੇ। ਯਕੀਨ ਕਿ ਇੱਥੋਂ ਕਰੋ, ਇੱਥੇ ਸਿਰਫ ਤੁਸੀਂ ਇਹਦੇ 'ਚ ਆ ਜਾਓ ਕੈਲੀਫੋਰਨੀਆ 'ਚ। ਜੇ ਕੈਲੀਫੋਰਨੀਆ ਇੱਕ ਮੁਲਕ ਹੁੰਦਾ ਤਾਂ ਦੁਨੀਆ ਦਾ 4ਥਾ ਵੱਡਾ ਮੁਲਕ ਹੁੰਦਾ ਆਬਾਦੀ ਦੇ ਲਿਹਾਜ਼ ਨਾਲ, ਰਕਬੇ ਦੇ ਲਿਹਾਜ਼ ਨਾਲ। ਕੈਲੀਫੋਰਨੀਆ ਦੀ ਜਿਹੜੀ ਇਕਾਨਮੀ ਹੈ ਦੁਨੀਆ ਦੀ 5ਵੀਂ ਕਿ 6ਵੀਂ ਵੱਡੀ ਇਕਾਨਮੀ ਹੁੰਦੀ। ਉਹਨਾਂ ਦਾ ਟੋਟਲ ਫਾਈਨੈਂਸ਼ੀਅਲ ਸਿਸਟਮ ਉਹਨਾਂ ਦੇ ਹੱਥ 'ਚ, ਪੂਰੀ ਟੈਕਸੇਸ਼ਨ ਉਹਨਾਂ ਦੇ ਹੱਥ 'ਚ, ਹਰ ਸਟੇਟ ਦੇ ਹੱਥ 'ਚ, ਹਰ ਸਟੇਟ। ਇੱਥੇ ਵਫਾਕ ਦਾ ਕੀ ਕੰਮ ਹੈ? ਵਫਾਕ ਦਾ ਸਿਰਫ ਕੰਮ ਹੈ ਫੋਰਨ ਅਫੇਅਰਸ, ਤੇ ਉਸ ਤੋਂ ਇਲਾਵਾ ਦਿਫਾ, ਤੇ ਇੰਟਰ ਟ੍ਰੇਡ ਸੂਬਿਆਂ ਦੇ ਦਰਮਿਆਨ ਤਜਾਰਤ, ਤੇ 4ਥਾ ਕੋਈ ਇੱਕ ਹੋ ਰਿਹਾ ਮੇਰੇ ਜ਼ਿਹਨੇ 'ਚ, ਇਸ ਤੋਂ ਜ਼ਿਆਦਾ ਸਟੇਟ ਦਾ। ਸਟੇਟ ਈਵਨ ਜਿਹੜੀ ਇਹਨਾਂ ਦਾ ਵਫਾਕ ਹੈ ਉਹ ਸੂਬਿਆਂ ਦਾ ਟੈਕਸੇਸ਼ਨ ਵੀ ਨਹੀਂ ਲਾ ਸਕਦਾ, ਸੂਬਿਆਂ ਤੇ ਟੈਕਸ ਵੀ ਨਹੀਂ ਲਾ ਸਕਦਾ। ਸੂਬੇ ਆਪਣਾ ਕੋਈ ਸੂਬਿਆਂ ਦਾ ਜਿੰਨਾ ਰੈਵਨਿਊ ਹੈ ਉਹਨਾਂ ਦੀਆਂ ਜ਼ਮੀਨਾਂ ਦਾ,
ਉਹਨਾਂ ਉਹਨਾਂ ਦੀ ਹਰ ਚੀਜ਼ ਆ ਉਹ ਸੂਬਿਆਂ ਕੋਲ ਹੈ। ਵਫਾਕ ਸਿਰਫ ਇਹਨਾਂ ਤੇ ਕੁਛ ਮਖਸੂਸ ਇਨਕਮ ਟੈਕਸ ਤੇ ਵਫਾਕ ਦੀ ਜਿਹੜੀ ਡੀਸੀ ਵਾਸ਼ਿੰਗਟਨ ਡੀਸੀ ਤੋਂ ਕਮਾਈ ਹੁੰਦੀ ਹੈ ਤੇ ਜਿਹੜੇ ਕੁਛ ਲੋਕਾਂ ਦੀ ਇਨਕਮ ਤੇ ਇਹਨਾਂ ਦੇ ਹੈ ਨੇ ਉਹ ਵਫਾਕ ਦੀ ਕਮਾਈ ਹੈ, ਬਾਕੀ ਸਾਰੀ ਪ੍ਰਾਪਰਟੀ ਟੈਕਸ ਇੱਥੇ ਜਿੰਨੇ ਟੈਕਸ ਨੇ ਸਾਰੇ ਸੂਬਿਆਂ ਲਾਏ ਨੇ ਤੇ ਸੂਬਿਆਂ ਕੋਲ। ਮੈਂ ਕਹਿੰਦੀ ਹਾਂ ਇਕੱਲੀ ਪੰਜਾਬੀ ਨੂੰ ਨਹੀਂ, ਹਰ ਸੂਬਾਈ ਜ਼ੁਬਾਨ ਨੂੰ ਉਹਦਾ ਹੱਕ ਮਿਲਣਾ ਚਾਹੀਦਾ ਤੇ ਸੂਬਿਆਂ ਦੇ ਵਿੱਚ ਕਮਿਊਨੀਕੇਸ਼ਨ ਲਈ ਉੱਥੇ ਦੀਆਂ ਜ਼ੁਬਾਨਾਂ ਇਸਤੇਮਾਲ ਹੋਣੀਆਂ ਚਾਹੀਦੀਆਂ ਨੇ, ਨਹੀਂ ਤਾਂ ਵਫਾਕ ਦਾ ਮਕਸਦ ਖਤਮ ਹੋ ਜਾਂਦਾ ਹੈ। ਸੂਬਿਆਂ ਨੂੰ ਮੁਕੰਮਲ ਖੁਦ ਮੁਖਤਾਰੀ ਮਿਲਣੀ ਚਾਹੀਦੀ ਹੈ। ਪਾਕਿਸਤਾਨ ਵਿੱਚ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਜੀ ਜੇ ਅਸੀਂ ਉਰਦੂ ਦੀ ਗੱਲ ਕਰੋ ਜਾਂ ਸੂਬਿਆਂ ਦੇ ਹਕੂਕ ਦੀ ਗੱਲ ਕਰੋ, ਉਰਦੂ ਦੀ ਗੱਲ ਨਾ ਕਰੋ ਤਾਂ ਤੁਸੀਂ ਗਦਾਰ ਹੋ, ਪ੍ਰੋਬਲਮ ਸਾਡੀ ਇਤਿਹਾਦ ਖਤਮ ਹੋ ਜਾਏਗਾ। ਅਸਲ ਵਿੱਚ ਆਪ ਇਨਸਿਕਿਓਰ ਨੇ, ਤੁਸੀਂ ਲੋਕਾਂ ਨੂੰ ਲੋਕਾਂ ਤੋਂ ਦੀ ਪਛਾਣ ਤੋਂ ਇਨਸਿਕਿਓਰ ਕਿਉਂ ਹੋ? ਜਿਸ ਦਿਨ ਇਸ ਮੁਲਕ ਵਿੱਚ ਸੂਬਿਆਂ ਨੂੰ ਮੁਕੰਮਲ ਆਜ਼ਾਦੀ ਮਿਲ ਗਈ, ਜਿਸ ਦਿਨ ਇਹਨਾਂ ਕੌਮਾਂ ਨੂੰ ਮੁਕੰਮਲ ਆਜ਼ਾਦੀ ਮਿਲ ਗਈ, ਜਿਸ ਦਿਨ ਲੋਕਾਂ ਨੂੰ ਆਪਣੀਆਂ ਜ਼ੁਬਾਨਾਂ ਬੋਲਣ ਦੀ, ਆਪਣੇ ਕਲਚਰ ਬੋਲਣ ਦੀ, ਆਪਣੇ ਸੂਬਿਆਂ ਨੂੰ ਹੈਂਡਲ ਕਰਨ ਦੀ, ਸੂਬਿਆਂ ਨੂੰ ਮੁਕੰਮਲ ਆਜ਼ਾਦੀ ਮਿਲ ਗਈ, ਯਕੀਨ ਕਰੋ ਸੂਬਿਆਂ ਦੇ ਦਰਮਿਆਨ ਨਫ਼ਰਤਾਂ ਖਤਮ ਹੋ ਜਾਣੀਆਂ। ਜਿਸ ਦਿਨ ਬਲੋਚਿਸਤਾਨ ਨੂੰ ਮੁਕੰਮਲ ਅਟੋਨਮੀ ਮਿਲੀ, ਜਿਸ ਦਿਨ ਸਿੰਧ ਨੂੰ ਮੁਕੰਮਲ ਅਟੋਨਮੀ ਮਿਲ ਗਈ, ਜਿਸ ਦਿਨ ਪੰਜਾਬ ਨੂੰ ਮੁਕੰਮਲ ਅਟੋਨਮੀ ਮਿਲ ਗਈ, ਤੇ ਜਿਸ ਦਿਨ KPK ਨੂੰ ਮੁਕੰਮਲ ਅਟੋਨਮੀ ਮਿਲ ਗਈ, ਉਸ ਦਿਨ ਸਾਰੇ ਰੌਲੇ ਹੀ ਮੁੱਕ ਜਾਣੇ ਨੇ। ਸਾਰੇ ਰੌਲੇ ਹੀ ਇਹ ਨੇ ਕਿ ਹਰ ਅਸੀਂ ਸਾਰੇ ਇੱਕ ਦੂਜੇ ਤੋਂ ਇਨਸਿਕਿਓਰ ਹਾਂ। ਸਾਨੂੰ ਇੱਕ ਦੂਜੇ ਤੋਂ ਇਨਸਿਕਿਉਰਟੀ ਕਿਉਂ? ਕਿਉਂਕਿ ਸਾਨੂੰ ਇਨਸਿਕਿਓਰ ਰੱਖਿਆ ਗਿਆ। ਸੋ ਵੀ ਦ ਯੰਗ ਪੀਪਲ ਐਂਡ ਯੰਗ ਜਨਰੇਸ਼ਨ ਆਫ ਪਾਕਿਸਤਾਨ, ਵੀ ਹੈਵ ਟੂ ਸਪੀਕ ਇਟ ਆਊਟ, ਵੀ ਹੈਵ ਟੂ ਕਾਲ ਇਟ ਅ ਸਪੈਡ ਸਪੈਡ। ਸਾਨੂੰ ਬੋਲਣਾ ਪੈਣਾ, ਸਾਨੂੰ ਬੋਲਣਾ ਪੈਣਾ ਕਮ ਅਜ਼ ਕਮ। ਤੁਸੀਂ ਸਹੀ ਕਰਿਓ ਰਾਣਾ ਸਾਹਿਬ, ਸਾਨੂੰ ਸਾਨੂੰ ਸਾਡੀ ਜ਼ਬਾਨ ਹੀ ਬੋਲਣ ਦਿਓ। ਜ਼ਬਾਨ ਇਹ ਕੋਈ ਮਜ਼ਹਬ ਨਹੀਂ ਹੈ, ਜ਼ਬਾਨ ਇਹ ਕੁਫਰ ਨਹੀਂ ਹੈ, ਪੰਜਾਬੀ ਇਹ ਕੋਈ ਗੁਨਾਹ ਨਹੀਂ ਹੈ ਕਿ ਜਿਹੜੇ ਕਹਿੰਦੇ ਨੇ ਜੀ ਤੁਸੀਂ ਨਿਗੇਸ਼ਨ ਦੀ ਗੱਲ ਕਰ ਰਹੇ ਹੋ, ਤੁਸੀਂ ਲੈਕਚਰ ਉਰਦੂ ਲਈ ਕਿਉਂ ਦਿੱਤਾ? ਮੈਂ ਫਿਰ ਕਹਿੰਦੀ ਹਾਂ ਮੈਂ ਉਰਦੂ ਲਈ ਲੈਕਚਰ ਨਹੀਂ ਦਿੰਦੀ, ਮੈਂ ਕਿਉਂ ਦਵਾਂ? ਉਰਦੂ ਮੇਰੀ ਜ਼ਬਾਨ ਨਹੀਂ ਹੈ, ਉਰਦੂ ਇਜ਼ ਨਾਟ ਮਾਈ ਲੈਂਗੁਏਜ। ਮੈਂ ਕਹਿ ਰਹੀ ਹਾਂ, ਔਨ ਰਿਕਾਰਡ ਕਹਿ ਰਹੀ ਹਾਂ, ਉਰਦੂ ਮੇਰੀ ਲੈਂਗੁਏਜ ਨਹੀਂ ਹੈ, ਉਰਦੂ ਮੇਰੀ ਰਾਬਤੇ ਦੀ ਜ਼ਬਾਨ ਹੈ। ਪਾਕਿਸਤਾਨ ਵਿੱਚ ਮੈਨੂੰ ਕਿਸੇ ਦੂਸਰੇ ਸੂਬੇ ਨਾਲ ਰਾਬਤਾ ਕਰਨਾ ਪਵੇ ਜਾਂ ਜਦੋਂ ਮੈਂ ਕੋਈ ਤਹਿਰੀਰ ਲਿਖਣੀ ਆ ਪੂਰੇ ਪਾਕਿਸਤਾਨ ਦੇ ਲੋਕਾਂ ਲਈ, ਮੈਂ ਉਰਦੂ 'ਚ ਲਿਖਾਂਗੀ ਤਾਂ ਕਿ ਉਹ ਸਾਰਿਆਂ ਨੂੰ ਸਮਝ ਆ ਜਾਏ। ਲੇਕਿਨ ਜੇ ਮੈਂ ਪੰਜਾਬੀਆਂ ਨਾਲ ਗੱਲ ਕਰ ਰਹੀ ਹਾਂ ਤਾਂ ਮੈਂ ਕਿਉਂ ਉਰਦੂ 'ਚ ਬੋਲਾਂ? ਮੈਂ ਕਾਹਦੇ ਲਈ ਗੱਲ ਕਰਾਂ? ਜਦੋਂ ਮੇਰੀ ਪੰਜਾਬੀ ਮਰ ਰਹੀ ਹੈ, ਮੇਰੀ ਪੰਜਾਬੀ ਨੂੰ ਦਬਾਇਆ ਜਾ ਰਿਹਾ, ਮੇਰੀ ਪਛਾਣ ਨੂੰ ਖਤਮ ਕੀਤਾ ਜਾ ਰਿਹਾ, ਤਾਂ ਮੈਂ ਆਪਣੀ ਪਛਾਣ ਦੀ ਗੱਲ ਕਰਾਂ ਕਿ ਮੈਂ ਉਰਦੂ ਦੀ ਖਤਮ ਗੱਲ ਕਰਾਂ? ਹਾਂ ਜੀ, ਤੁਸੀਂ ਰਾਣਾ ਸਾਹਿਬ ਬਿਲਕੁਲ ਠੀਕ ਕਹਿ ਰਹੇ ਹੋ। ਖੈਰ, ਗੱਲ ਬਹੁਤ ਲੰਬੀ ਹੋ ਗਈ ਹੈ ਤੇ ਸ਼ਾਇਦ ਥੋੜੀ ਵਾਲੀ ਮਿਸਕਨਸੈਪਸ਼ਨ ਖਤਮ ਹੋ ਗਈ ਹੋਵੇਗੀ ਲੋਕਾਂ ਦੀ। ਜੇ ਨਹੀਂ ਹੋਈ ਤੇ ਮੈਂ ਕੁਝ ਨਹੀਂ ਕਰ ਸਕਦੀ ਕਿਸੇ ਲਈ, ਤੇ ਮੈਂ ਫਿਰ ਐਂਡ ਤੇ ਇਹੀ ਕਹਿ ਰਹੀ ਹਾਂ ਕਿ ਮੈਨੂੰ ਪਾਕਿਸਤਾਨ ਬੜਾ ਪਿਆਰਾ ਹੈ, ਪਾਕਿਸਤਾਨ ਮੇਰੀ ਪਛਾਣ ਹੈ। ਮੈਂ ਇੱਥੇ ਹਰ ਸ਼ਾਪਿੰਗ ਮਾਲ 'ਚ ਵੀ ਪਾਕਿਸਤਾਨ ਦਾ ਝੰਡਾ ਸੀਨੇ 'ਤੇ ਲਾਇਆ ਹੈ, ਮੈਂ ਆਮ ਗੱਲ ਜਗ੍ਹਾ 'ਤੇ ਵੀ ਪਾਕਿਸਤਾਨ ਦਾ ਝੰਡਾ ਆਪਣੇ ਇਹ ਲਾ ਕੇ ਫਿਰ ਰਹੀ ਹਾਂ। ਕਿ ਤੁਸੀਂ ਮੈਨੂੰ ਗਦਾਰ ਕਹੋਗੇ? ਮੈਨੂੰ ਤੁਸੀਂ ਪਾਕਿਸਤਾਨ ਦੇ ਖਿਲਾਫ ਕਹਿ ਕਹੋਗੇ? ਮੈਂ ਇੱਥੇ ਜਿੱਥੇ ਮੈਨੂੰ ਮੌਕਾ ਮਿਲਦਾ ਮੈਂ ਪੰਜਾਬੀ ਬੋਲਨੀ ਆ, ਕੀ ਤੁਸੀਂ ਮੈਨੂੰ ਪਾਕਿਸਤਾਨ ਦਾ ਗਦਾਰ ਕਹੋਗੇ? ਤੇ ਜੇ ਇਸ ਗੱਲ 'ਤੇ ਮੈਨੂੰ ਗਦਾਰ ਕਹਿੰਦੇ ਹੋ ਤੁਸੀਂ, ਤੇ ਮੈਨੂੰ ਇਹ ਗਦਾਰੀ ਮਨਜ਼ੂਰ ਹੈ। ਆਪਣੀ ਮਾਂ ਦੀ ਪਛਾਣ ਲਈ ਗਦਾਰ ਬਣਨਾ ਮੈਨੂੰ ਕਬੂਲ ਹੈ, ਲੇਕਿਨ ਯਕੀਨ ਕਰੋ ਜਿਸ ਦਿਨ ਪਾਕਿਸਤਾਨ 'ਤੇ ਆਂਚ ਆਈ, ਇਹੋ ਜਿਹੇ ਮੇਰੇ ਜਿਹੇ ਗਦਾਰਾਂ ਨੇ ਸਭ ਤੋਂ ਅੱਗੇ ਖਲੋਣਾ ਜੇ। ਇਹ ਗੱਲ ਹਕੀਕਤ ਹੈ, ਮੰਨੋ ਜਾਂ ਨਾ ਮੰਨੋ, ਮੇਰੇ ਜਿਹੇ ਗਦਾਰਾਂ ਨੇ ਸਭ ਤੋਂ ਅੱਗੇ ਆ ਕੇ ਖਲੋਣਾ, ਕਿਉਂਕਿ ਅਸੀਂ ਪਾਕਿਸਤਾਨ ਬਣਾਉਣ ਲਈ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ। ਮੇਰੇ ਵੱਡਿਆਂ ਨੇ ਬੜਾ ਖੂਨ ਵਾਇਆ ਹੈ, ਮੇਰੀ ਪੰਜਾਬ ਧਰਤੀ ਨੇ ਬੜਾ ਖੂਨ ਦਿੱਤਾ ਹੈ, ਅਸੀਂ ਇਸ ਪਾਕਿਸਤਾਨ ਤੋਂ ਦਸਤਬਰਦਾਰ ਕਿਵੇਂ ਹੋ ਸਕਦੇ ਹਾਂ? ਤੁਸੀਂ ਸਾਡੀ ਵਫਾ 'ਤੇ ਉਂਗਲੀ ਕਿਵੇਂ ਚੁੱਕ ਸਕਦੇ ਹੋ? ਇੱਕ ਜ਼ੁਬਾਨ ਪਿੱਛੇ ਤੁਸੀਂ ਸਾਡੇ 'ਤੇ ਉਂਗਲੀ ਚੁੱਕੋਗੇ? ਇੱਕ ਜ਼ੁਬਾਨ ਪਿੱਛੇ ਤੁਸੀਂ ਸਾਨੂੰ ਗਦਾਰ ਕਹੋਗੇ? ਕਿਆ ਤੁਸੀਂ ਸਾਡੇ ਤੋਂ ਪਾਕਿਸਤਾਨ ਬਣਾਉਣ ਦੀ ਇਹ ਕੀਮਤ ਲਵੋਗੇ ਕਿ ਅਸੀਂ ਆਪਣੀ ਪਛਾਣ ਵੀ ਛੱਡ ਦੇਈਏ, ਅਸੀਂ ਆਪਣੀ ਜ਼ੁਬਾਨ ਵੀ ਛੱਡ ਦੇਈਏ? ਜੇ ਇਹ ਕੀਮਤ ਲੈਣੀ ਹੈ ਤਾਂ ਫਿਰ ਪਾਕਿਸਤਾਨ ਦੇ ਸੂਬੇ ਖਤਮ ਕਰ ਦਿਓ, ਖੁਦਾ ਦਾ ਨਾਂ ਜੇ ਵਨ ਯੂਨਿਟ ਬਣਾ ਦਿਓ ਤੇ ਸਾਰੇ ਯੂਨਿਟ 'ਚ ਇਹ ਫਤਵਾ ਜਾਰੀ ਕਰ ਦਿਓ ਕਿ ਮੁਕਾਮੀ ਜ਼ੁਬਾਨਾਂ ਬੋਲਣਾ ਗੁਨਾਹ ਹੈ, ਇਹ ਜਾਰੀ ਕਰ ਦਿਓ। ਇਹ ਦੋ ਰੁਖੀ ਢੋਂਗ ਤੇ ਧੋਖੇਬਾਜ਼ੀ ਬੰਦ ਕਰੋ ਕਿ ਅਸੀਂ ਸਾਰੇ ਆਜ਼ਾਦ ਹਾਂ ਆਪਣੇ ਆਪਣੇ ਕਲਚਰ 'ਤੇ, ਆਪਣੀ ਆਪਣੀ ਪਛਾਣ 'ਤੇ, ਆਪਣੀਆਂ ਆਪਣੀਆਂ ਰਸਮਾਂ ਰਿਵਾਜ਼ਾਂ 'ਤੇ।
ਇੱਥੇ ਤੇ ਜ਼ੁਬਾਨ ਬੋਲਣ ਤੇ ਫਤਵੇ ਲਾਏ ਜਾ ਰਹੇ ਨੇ ਸਾਡੇ ਤੇ, ਅਸੀਂ ਜ਼ੁਬਾਨ ਬੋਲੀਏ ਤੇ ਬਹੁਤ ਸਾਰੇ ਬੰਦਿਆਂ ਨੂੰ ਅੱਗ ਲੱਗ ਜਾਂਦੀ ਹੈ। ਹਾਂ ਜੀ, ਕੋਈ ਬੰਦਾ ਆਪਣੀ ਕੌਮ ਲਈ ਆਪਣੀ ਮਾਂ ਦਾ ਕਤਲ ਨਹੀਂ ਕਰ ਸਕਦਾ, ਜੇ ਕੋਈ ਕਰ ਸਕਦਾ ਆਪਣੀ ਮਾਂ ਦਾ ਕਤਲ ਤੇ ਫਿਰ ਮੈਨੂੰ ਦੱਸ ਦੇਵੇ। ਮੈਂ ਤੇ ਪੰਜਾਬੀ ਦਾ ਕਤਲ ਬਿਲਕੁਲ ਨਹੀਂ ਕਰ ਸਕਦੀ, ਮੇਰੀ ਮਾਂ ਪੰਜਾਬੀ ਬੋਲਦੀ ਸੀ ਤੇ ਮੈਨੂੰ ਆਪਣੀ ਮਾਂ ਬੜੀ ਪਿਆਰੀ ਜੀ। ਮੈਂ ਆਪਣੀ ਮਾਂ ਲਈ 10 ਵਾਰ ਮਰ ਸਕਦੀ ਹਾਂ, ਮੈਂ ਆਪਣੀ ਮਾਂ ਲਈ 10 ਵਾਰੀ ਮਰ ਸਕਦੀ ਹਾਂ ਤੇ ਮੈਂ ਪੰਜਾਬੀ ਲਈ ਵੀ 10 ਵਾਰੀ ਮਰ ਸਕਦੀ ਹਾਂ। ਮੈਂ ਪੰਜਾਬੀ ਲਈ ਫਤਵੇ ਲਵਾ ਸਕਦੀ ਹਾਂ, ਮੈਂ ਪੰਜਾਬੀ ਹੋਣ ਤੇ ਫਖਰ ਕਰਨੀ ਆ, ਤੇ ਮੈਨੂੰ ਇੱਕ ਗੱਲ ਦਾ ਦੁੱਖ ਹੈ ਕਿ ਪੰਜਾਬੀ ਪੰਜਾਬੀ ਲਈ ਸਾਡਾ ਕੋਈ ਸਕ੍ਰਿਪਟ, ਸਾਡਾ ਕੋਈ ਵੀ ਰਸਮੁਲ ਖਤ ਨਹੀਂ ਹੈ। ਪੰਜਾਬੀ ਤੁਸੀਂ ਗੂਗਲ ਜਾ ਕੇ ਵੇਖੋ, ਜਦੋਂ ਪੰਜਾਬੀ ਲਿਖੀ ਜਾਂਦੀ ਹੈ ਤੇ ਅੱਗੇ ਉਹਨਾਂ ਦਾ ਗੁਰਮੁਖੀ ਆ ਜਾਂਦਾ ਹੈ, ਤੇ ਸਾਨੂੰ ਗੁਰਮੁਖੀ ਪੜ੍ਹਨੀ ਨਹੀਂ ਆਉਂਦੀ। ਅਸਾਂ ਪੰਜਾਬੀਆਂ ਨੂੰ ਨੇ ਪੰਜਾਬੀ ਨੂੰ ਦਸਤਬਰਦਾਰ ਹੋ ਕੇ ਪੰਜਾਬੀ ਪਲੇਟ 'ਚ ਰੱਖ ਕੇ ਮਸ਼ਰਕੀ ਪੰਜਾਬ ਵਾਲਿਆਂ ਨੂੰ ਦਿੱਤੀ। ਮਸ਼ਰਕੀ ਪੰਜਾਬ ਵਾਲਿਆਂ ਦੀ ਪਛਾਣ ਬਣ ਗਈ ਪੰਜਾਬੀ। ਜਦੋਂ ਪੰਜਾਬੀ ਦੀ ਇੱਥੇ ਗੱਲ ਕੀਤੀ ਜਾਏ ਤੇ ਉਹ ਕਹਿੰਦੇ ਨੇ, ਅੱਛਾ ਯੂ ਆਰ ਫਰੋਮ ਇੰਡੀਆ। ਇਹ ਗਲਤ ਫਹਿਮੀ ਕੱਢ ਦਿਓ ਕਿ ਪੰਜਾਬੀ ਸਿਰਫ ਇੰਡੀਆ 'ਚ ਬੋਲੀ ਜਾਂਦੀ ਹੈ। ਮੈਂ ਉਹਨਾਂ ਲਈ ਸ਼ੁਕਰ ਗੁਜ਼ਾਰ ਹਾਂ ਮਸ਼ਰਕੀ ਪੰਜਾਬ ਵਾਲਿਆਂ, ਕਿ ਉਹਨਾਂ ਪੰਜਾਬੀ ਨੂੰ ਕਾਇਮ ਰੱਖੇ, ਆਪਣੀ ਆਪਣੀ ਪਛਾਣ ਨੂੰ ਕਾਇਮ ਰੱਖਿਆ ਤੇ ਆਪਣੀ ਪੂਰੀ ਇੰਡਸਟਰੀ ਸੈੱਟ ਕਰ ਦਿੱਤੀ ਹੈ। ਲੇਕਿਨ ਪੰਜਾਬੀ ਪਾਕਿਸਤਾਨ 'ਚ ਵੀ ਬੋਲੀ ਜਾਂਦੀ ਹੈ ਤੇ ਪੰਜਾਬੀ ਦੇ ਰੰਗ ਬੜੇ ਖੂਬਸੂਰਤ ਨੇ। ਇਹ ਪਿਛਲੇ ਦਿਨਾਂ 'ਚ ਕੋਕ ਸਟੂਡੀਓ ਨੇ ਕੁਛ ਸ਼ਾਇਦ ਕਲਚਰਸ ਰੰਗ ਤੇ ਨਾ ਸਾਰੇ ਵਫਾ ਸਾਰੇ ਸਾਰੇ ਵੈਸੇ ਪੰਜਾਬੀ ਦੇ ਬਾਰੇ 'ਚ ਨਾ ਮਿਸਕਨਸੈਪਸ਼ਨਸ ਮੀਡੀਆ ਨੇ ਵੀ ਬੜਾ ਫੈਲਾਇਆ। ਮੈਂ ਉਸ ਗੱਲ ਵੱਲ ਵੀ ਆਉਂਦੀ ਹਾਂ। ਇੱਕ ਤੁਸੀਂ ਜ਼ਰਾ ਗੱਲ ਵੇਖੋ, ਪਿਛਲੇ ਦਿਨਾਂ 'ਚ ਪੰਜਾਬੀ ਤੇ ਇੱਥੇ ਕੁਛ ਕੋਕ ਸਟੂਡੀਓ ਵਾਲਿਆਂ ਨੇ ਸ਼ਾਇਦ ਕੋਈ ਪ੍ਰੋਗਰਾਮ ਆ ਰਿਹਾ ਸੀ ਕੋਕ ਸਟੂਡੀਓ ਵਾਲਿਆਂ ਦਾ, ਉਹਨਾਂ ਕੁਛ ਗਾਣੇ ਬਣਾਏ ਮਕਾਮੀ ਜ਼ਬਾਨਾਂ ਦੇ, ਤੇ ਜਿਹੜਾ ਪੰਜਾਬ ਦੇ ਬਾਰੇ 'ਚ ਉਹਨਾਂ ਗਾਣਾ ਬਣਾਇਆ ਸੀ, ਸ਼ਾਹੀ ਕਿਲਾ ਤੇ ਸ਼ਾਹੀ ਮਸਜਿਦ, ਤੇ ਇੱਕ ਦੀ ਸਿਰਫ ਡਾਕੂਮੈਂਟਰੀ ਸੀ। ਉਹਦੇ 'ਚ ਤੁਸੀਂ ਜ਼ਰਾ ਗੂਗਲ ਸਟੂਡੀਓ ਤੋਂ ਜ਼ਰਾ ਉਸ ਗੂਗਲ ਤੋਂ ਸਰਚ ਕਰਿਆ ਜੇ, ਯੂਟਿਊਬ ਤੋਂ ਗਾਣਾ ਸੁਣਿਆ ਜੇ, ਤੇ ਯਕੀਨ ਕਰੋ ਮੈਂ ਸੜ ਕੇ ਰਹਿ ਗਈ। ਤੇ ਜਿਹੜੀ ਬੰਦੀ ਨੇ ਉਹ ਗਾਣਾ ਗਾਇਆ ਹੈ, ਦਿਲ ਕਰਦਾ ਬੰਦਾ ਪਿੱਟਣ ਲੱਗ ਪਵੇ, ਕਿਉਂਕਿ ਪੰਜਾਬੀ ਸਿਰਫ ਇਹ ਪੰਜਾਬੀ ਪੰਜਾਬ ਦੇ ਕਲਚਰ ਨੂੰ ਤੇ ਉਹਨਾਂ ਵਿਖਾਇਆ ਹੀ ਨਹੀਂ, ਬਾਕੀ ਸਾਰੀਆਂ। ਹਾਂਜੀ ਬਿਲਕੁਲ, ਪੰਜਾਬੀ ਤੋਂ ਮੁਰਾਦ ਸਿੱਖ ਲਿਆ ਜਾਂਦਾ, ਹਾਲਾਂਕਿ ਪੰਜਾਬੀ ਮੁਸਲਮਾਨ ਵੀ ਮੌਜੂਦ ਹੈ। ਅਸਾਂ ਇਹ ਸਾਡਾ ਕਸੂਰ ਹੈ, ਸਿੱਖਾਂ ਦਾ ਤਾਂ ਕੋਈ ਕਸੂਰ ਨਹੀਂ, ਉਹਨਾਂ ਦਾ ਕਸੂਰ ਵੀ ਵਿਚਾਰਿਆਂ ਦਾ ਕਿਹੜਾ, ਅਸੀਂ ਤੇ ਆਪਣੀ ਜ਼ੁਬਾਨ ਤੋਂ ਆਪ ਦਸਤਬਰਦਾਰ ਹੋਏ ਹਾਂ। ਤੇ ਮੈਂ ਉਸ ਗਾਣੇ ਦੀ ਗੱਲ ਕਰ ਰਹੀ ਸੀ ਕਿ ਤੁਸੀਂ ਯੂਟਿਊਬ ਤੇ ਜਾਓ, ਉਹ ਗਾਣਾ ਖੋਲੋ, ਬਾਕੀ ਜਿੰਨੇ ਕਲਚਰ ਨੇ ਸਕਾਫਤਾਂ ਨੇ ਸਿੰਧੀਆਂ ਦਾ ਵੇਖੋ, ਬਲੋਚੀਆਂ ਦਾ ਵੇਖੋ, ਬਲੋਚਾਂ ਦਾ ਵੇਖੋ ਸੋਰੀ, ਤੇ ਪਠਾਨਾਂ ਦਾ ਵੇਖੋ, ਉਹਨਾਂ ਦੇ ਕਲਚਰ ਨੂੰ ਪ੍ਰੋਪਰਲੀ ਪ੍ਰਮੋਟ ਦੱਸ ਵਿਖਾਇਆ ਗਿਆ ਉਸ ਗਾਣੇ ਵਿੱਚ, ਉਹਨਾਂ ਦੇ ਗਾਣਿਆਂ 'ਚ। ਸਾਡਾ ਗਾਣਾ ਤੁਸੀਂ ਵੇਖੋ ਜਿਹੜਾ ਪੰਜਾਬ ਲਈ ਬਣਾਇਆ ਗਿਆ ਤੇ ਦਿਲ ਕਰਦਾ ਪਿੱਟੇ, ਲੇਕਿਨ ਕਿਸੇ ਬੰਦੇ ਨੇ ਇਤਜਾਜ਼ ਨਹੀਂ ਕੀਤਾ। ਉਹ ਪੰਜਾਬੀ ਬਾਰੇ 'ਚ ਇੰਨੀ ਮਿਸਕਨਸੈਪਸ਼ਨ, ਉਹਦੇ ਪੂਰਾ ਦਾ ਪੂਰਾ ਤੁਸੀਂ ਉਰਦੂ ਕਲਚਰ ਵਿਖਾ ਦਿੱਤਾ ਉਸ ਗਾਣੇ 'ਚ, ਪੰਜਾਬੀ ਤਾਂ ਤੁਸੀਂ ਕਿਧਰੇ ਵਿਖਾਈ ਹੀ ਨਹੀਂ, ਲੇਕਿਨ ਕਿਸੇ ਬੰਦੇ ਨੇ ਇਸ ਗੱਲ ਨੂੰ ਜਾਂਚਿਆ ਹੀ ਨਹੀਂ। ਮੈਂ ਬਕਾਇਦਾ ਯੂਟਿਊਬ ਤੇ ਵੀ ਰਿਕਾਰਡ ਕਰਾਇਆ ਉਹਦੇ 'ਚ ਕਿ ਇਹ ਗਾਣਾ ਨਹੀਂ, ਇਹ ਸ਼ਿੱਟ ਹੈ। ਤੇ ਜਿਹੜੀ ਬੰਦੀ ਨੇ ਉਹ ਗਾਣਾ ਗਾਇਆ ਉਹ ਕੋਈ ਪਤਾ ਨਹੀਂ ਰੌਕ ਕੇ ਪੌਪ, ਪਤਾ ਨਹੀਂ ਉਹ ਬੰਦੀ ਕੀ ਗਾ ਰਹੀ ਸੀ ਉੱਥੇ, ਮਤਲਬ ਪੂਰੇ ਪੰਜਾਬ ਵਿੱਚ ਤੁਹਾਨੂੰ ਕੋਈ ਬੰਦਾ ਨਹੀਂ ਮਿਲਿਆ ਕਿ ਤੁਸੀਂ ਪੰਜਾਬੀ ਲਈ ਗਾਣਾ। ਤੇ ਦੂਜੀ ਗੱਲ ਸੁਣੋ, ਜਿੰਨੇ ਮੀਡੀਆ ਦੇ ਚੈਨਲ ਨੇ ਉਹਨਾਂ ਤੇ ਤੁਸੀਂ ਵੇਖੋ, ਜਿੰਨੇ ਵੀ ਇਹ ਮਜ਼ਾਕ ਰਾ ਤੇ ਇਹ ਖਬਰ ਨਾ ਕੇ ਇਹ ਕੋਈ ਪਤਾ ਨਹੀਂ ਐਂਡ ਦੀ ਅਲਾ ਬਲਾ, ਜਿੰਨੇ ਵੀ ਮੀਡੀਆ ਦੇ ਚੈਨਲ ਆ ਰਹੇ ਨੇ, ਜਿੰਨੇ ਪੰਡ ਜਿਹੜੇ ਨੇ ਉਹ ਪੰਜਾਬੀ ਬੋਲਣ ਵਾਲੇ ਬਣਾ ਦਿੰਦੇ ਹੋ, ਮੈਂ ਖੁਦਾ ਨਾ ਕਰੇ, ਅੱਲਾ ਨਾ ਕਰੇ, ਇਹ ਨਹੀਂ ਕਹਿ ਰਹੀ ਕਿ ਪੰਡਾਂ ਦਾ ਕੋਈ ਮਸਲਾ, ਉਹ ਪੰਜਾਬੀ ਠੀਕ ਹੈ, ਉਹ ਪੰਜਾਬੀ ਬੋਲਦੇ ਨੇ ਬੜੀ ਅੱਛੀ ਗੱਲ ਹੈ, ਲੇਕਿਨ ਪੰਜਾਬੀ ਸਿਰਫ ਮਤਲਬ ਪੰਜਾਬੀ ਜੁਗਤਾਂ ਲਈ ਰਹਿ ਗਈ, ਜੁਗਤਾਂ ਕਰਨੀਆਂ ਨੇ, ਗਾਲਾਂ ਕੱਢੀਆਂ ਜਾਣੀਆਂ ਨੇ ਤੇ ਇੱਕ ਦੂਜੇ ਨੂੰ ਹੁਜਤਾਂ ਕਰਨੀਆਂ ਨੇ, ਕਵਿਤਾਂ ਕਰਨੀਆਂ ਨੇ, ਤਾਂ ਤੁਸੀਂ ਉਹ ਸਾਰਾ ਉਹਨਾਂ ਨੂੰ ਦੂਜੇ ਉਰਦੂ ਬੋਲ ਰਹੇ ਤੇ ਉਹ ਗਰੁੱਪ ਪੰਜਾਬੀ ਬੋਲ ਰਿਹਾ, ਤੁਸੀਂ ਇੱਕ ਕੀ ਕਨਸੈਪਟ ਡਿਵੈਲਪ ਕਰ ਰਹੇ ਹੋ। ਹਾਂ ਜੀ, ਰਾਜਸਥਾਨੀ ਨਸੀਬੋ, ਰਾਜਸਥਾਨੀ ਰੇਸ਼ਮਾ ਪਛਾਣ ਬਣ ਗਈ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਰਾਣਾ ਸਾਹਿਬ। ਤੇ ਮੈਂ ਉਹ ਉਸ ਪ੍ਰੋਗਰਾਮਾਂ ਦੀ ਗੱਲ ਕਰ ਰਹੀ ਹਾਂ ਕਿ ਤੁਸੀਂ ਪੂਰੇ ਪਾਕਿਸਤਾਨ ਵਿੱਚ ਬਲਕਿ ਇੰਟਰਨੈਸ਼ਨਲੀ ਸਾਡਾ ਕੀ ਕਨਸੈਪਟ ਦੇ ਰਹੇ ਹੋ, ਇਹ ਜਿਹੜੇ ਮੀਡੀਆ ਤੇ ਪ੍ਰੋਗਰਾਮ ਆ ਰਹੇ ਨੇ। ਤੇ ਦੂਜੀ ਗੱਲ, ਕੀ ਪੰਜਾਬੀ ਸਿਰਫ ਇਹਦੇ ਲਈ ਉਹ ਰਾਂਗਲੀਆਂ ਰਤੀਆਂ ਨੀਲੀਆਂ ਪਿੱਲੀਆਂ ਕੀ ਸਿਰਫ ਲੱਕ ਦੀਆਂ ਬਣੀਆਂ ਉੱਤੇ ਖੱਟੇ ਪੀਲੇ ਕੁੜਤੇ ਪਾਏ ਨੇ, ਸਿਰਫ ਇਹੀ ਪੰਜਾਬੀ ਰਹਿ ਗਿਆ, ਪੰਜਾਬੀ ਹੋਰ ਕੱਖ ਨਹੀਂ ਰਹਿ ਗਿਆ? ਸਾਡੇ ਕਲਚਰ ਨੂੰ ਤੁਸੀਂ ਕੋਈ ਸ਼ੋ, ਜਾਂ ਫਿਰ ਚੰਗੀਆਂ ਖੁੱਲੀਆਂ ਵੱਡੀਆਂ ਵੱਡੀਆਂ ਲੱਕ ਦੀਆਂ ਪਾਣ ਕੇ, ਚੰਗੇ ਉੱਚੇ ਉੱਚੇ ਲਾਚੇ ਪਾ ਕੇ ਤੇ ਅਮਰੂਦਾਂ ਦੇ ਬੂਟਿਆਂ ਥੱਲੇ ਜਾਂ ਅੰਬਾਂ ਥੱਲੇ ਨੱਚਦੀਆਂ ਕੁੜੀਆਂ, ਇਹ ਪੰਜਾਬੀ ਹੈ? ਤੇ ਕਦੀ ਕਿਸੇ ਇਤਜਾਜ਼ ਨਹੀਂ ਕੀਤਾ? ਜਾਂ ਵੱਡੇ ਵੱਡੇ ਟੋਕੇ ਤੇ ਕੁਹਾੜੀਆਂ ਫੜ ਕੇ ਪੰਜਾਬੀ ਫਿਲਮਾਂ ਵਿਖਾ ਕੇ ਬੰਦਿਆਂ ਨੂੰ ਅੰਨੇ ਵਾਦੇ ਤੇਰੇ ਦੀ ਤੁਸੀਂ ਮਾਰੀ ਜਾਂਦੇ ਹੋ, ਇਹ ਪੰਜਾਬੀ ਹੈ?
ਆਪਣੀਆਂ ਫਿਲਮਾਂ ਵੇਖੋ, ਸਾਡੀਆਂ ਕੀ ਪੰਜਾਬ ਜ਼ਰਾ ਸਿੱਖਾਂ ਦੀਆਂ ਪੰਜਾਬੀ ਫਿਲਮਾਂ ਵੇਖੋ ਅਤੇ ਸਾਡੀਆਂ ਵੇਖੋ। ਆਉਂਦੇ ਨੇ ਜਦੋਂ ਵੀ ਕਿਸੇ ਕਲਚਰ ਦੇ ਬਾਰੇ 'ਚ ਮਖਸੂਸ ਓਪੀਨੀਅਨ ਮੇਕਿੰਗ ਕਰਨੀ ਹੋਵੇ ਤਾਂ ਤੁਸੀਂ ਮੀਡੀਆ ਨੂੰ ਕਰੋ ਇਸਤੇਮਾਲ, ਕਮਿਊਨੀਕੇਸ਼ਨ ਦੇ ਜਿਹੜੇ ਜ਼ਰਾਏ ਨੇ ਉਹਨਾਂ ਨੂੰ ਇਸਤੇਮਾਲ ਕਰੋ, ਉਹਦੇ 'ਚ ਤੁਸੀਂ ਕੀ ਉਹਦਾ ਕੋਨਸੈਪਟ ਦੇ ਰਹੇ ਹੋ। ਅਤੇ ਆਪਣੀਆਂ ਪੰਜਾਬੀ ਫਿਲਮਾਂ ਦੇਖੋ, ਆਪਣੇ ਤੁਸੀਂ ਪ੍ਰੋਗਰਾਮ ਦੇਖੋ, ਉਹਨਾਂ 'ਚ ਪੰਜਾਬੀ ਨੂੰ ਕੀ ਵਿਖਾਇਆ ਜਾ ਰਿਹਾ ਅਤੇ ਪੰਜਾਬੀ ਹੋਣ ਨੂੰ ਕੀ ਵਿਖਾਇਆ ਜਾ ਰਿਹਾ, ਮਤਲਬ ਜਿੱਥੇ ਇਹ ਸਾਰਾ ਕੁਝ ਕਰਨਾ ਹੋਵੇ ਪੰਜਾਬੀ, ਤੇ ਜਿੱਥੇ ਇਲਮ ਦੀਆਂ ਗੱਲਾਂ ਕਰਨੀਆਂ ਹੋਣ, ਜਿੱਥੇ ਬੜੀ ਵਧੀਆ ਵਧੀਆ ਗੱਲਾਂ ਤੇ ਸਾਇੰਸ ਦੀਆਂ ਤੇ ਡਾਕਟਰਸ ਦੀਆਂ, ਇੰਜੀਨੀਅਰਸ ਦੀਆਂ, ਐਡਵੋਕੇਟਸ ਦੀਆਂ, ਸਿਆਸਤ ਦੀਆਂ, ਤੇ ਜਿੱਥੇ ਦਨਾਈ ਦੀਆਂ ਗੱਲਾਂ ਕਰਨੀਆਂ ਹੋਣ ਉੱਥੇ ਉਰਦੂ ਜਾਣ ਦਿਓ। ਤੁਸੀਂ ਕਿਸ ਕਿਸ ਤਰੀਕੇ ਨਾਲ ਸਾਨੂੰ ਬਦਨਾਮ ਕੀਤਾ, ਤੁਸੀਂ ਕਿਸ ਕਿਸ ਤਰੀਕੇ ਨਾਲ ਪੰਜਾਬੀ ਦਾ ਜਨਾਜ਼ਾ ਕੱਢਣ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਕਿਸ ਕਿਸ ਤਰੀਕੇ ਨਾਲ ਪੰਜਾਬੀ ਦਾ ਮੂੰਹ ਜਿਹੜਾ ਉਹਨੂੰ ਖਰਾਬ, ਪੰਜਾਬੀ ਦਾ ਚਿਹਰਾ ਮਸਖ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਸਾਰੇ ਸਾਰਾ ਇੱਕ ਡੈਲੀਬਰੇਟਿਡ ਕੰਮ ਹੈ, ਇੱਕ ਸਾਜ਼ਿਸ਼ ਹੈ ਪੰਜਾਬੀ ਦੇ ਖਿਲਾਫ, ਇੱਕ ਕੰਸੈਪਟ ਹੈ ਪੰਜਾਬੀ ਦੇ ਖਿਲਾਫ ਕਿ ਆਮ ਪੰਜਾਬੀ ਹੀ ਪੰਜਾਬੀ ਤੋਂ ਨਫ਼ਰਤ ਕਰਨ ਲੱਗ ਪਵੇ ਕਿ ਲਓ ਜੀ ਪੰਜਾਬੀ ਦਾ ਤੇ ਇਹ ਇੱਕ ਇਮੇਜ ਬਣਿਆ ਤੇ ਮੈਂ ਫਿਰ ਪੰਜਾਬੀ ਨਹੀਂ ਬੋਲਾਂਗਾ। ਕਹਿੰਦੇ ਨੇ ਜਦੋਂ ਵੀ ਕਿਸੇ ਨਵੀਂ ਨਸਲ ਨੂੰ ਉਹਦੇ ਕਲਚਰ ਤੋਂ, ਉਹਦੀ ਪਛਾਣ ਤੋਂ, ਉਹਦੀ ਮੁੱਢਲੀ ਪਛਾਣ ਤੋਂ, ਉਹਦਾ ਬੂਟਾ ਪੱਟਣਾ ਹੋਵੇ ਤਾਂ ਤੁਸੀਂ ਉਹਨਾਂ ਦਾ ਕੋਨਸੈਪਟ ਖਰਾਬ ਕਰਦੇ ਹੋ ਉਸ ਬਾਰੇ 'ਚ, ਤੁਸੀਂ ਪੰਜਾਬੀ ਕਲਚਰ, ਪੰਜਾਬੀ ਸਕਾਫਤ, ਪੰਜਾਬੀ ਦੇ ਬਾਰੇ 'ਚ ਕੋਨਸੈਪਟ ਖਰਾਬ ਕਰ ਰਹੇ ਹੋ। ਯਕੀਨ ਕਰੋ ਪੰਜਾਬੀ ਸ਼ੇਰਾਂ ਦੀ ਜ਼ੁਬਾਨ ਹੈ, ਪੰਜਾਬੀ ਸਾਇੰਸਦਾਨ, ਪੰਜਾਬੀ ਡਾਕਟਰ, ਪੰਜਾਬੀ ਬਿਜ਼ਨਸਮੈਨ, ਪੰਜਾਬੀ ਜ਼ਮੀਂਦਾਰ, ਪੰਜਾਬੀ ਲਾਰਡਸ, ਪੰਜਾਬੀ ਮੁਜਾਹਿਦੀਨ, ਪੰਜਾਬੀ ਦੀ ਜੰਗ ਲੜਨ ਵਾਲੇ, ਪੰਜਾਬੀ ਦੀ ਜੰਗੇ ਆਜ਼ਾਦੀ 'ਚ ਹਿੱਸਾ ਲੈਣ ਵਾਲੇ ਪੰਜਾਬੀ, ਕੋਈ ਪੰਜਾਬੀ ਇੱਕ ਵੀ ਨਹੀਂ ਰਹਿ ਗਿਆ ਇੱਥੇ। ਹਾਂਜੀ ਕਿਹੜੀ ਗੱਲ ਤੇ ਰਾਣਾ ਸਾਹਿਬ, ਜ਼ਰੂਰ ਪੁੱਛੋ। ਚਲੋ ਜਦੋਂ ਤੱਕ ਤੁਸੀਂ ਗੱਲ ਪੁੱਛਦੇ ਹੋ ਮੈਂ ਇਹ ਅਪੀਲ ਕਰ ਦਿੰਦੀ ਹਾਂ ਕਿ ਪੰਜਾਬੀ ਦੇ ਬਾਰੇ 'ਚ ਨਵੀਂ ਨਸਲ ਆਪਣੀ ਪੰਜਾਬੀ ਤੁਹਾਨੂੰ ਆਪਣੀ ਮਾਡਰਨਿਜ਼ਮ ਤੋਂ ਬਿਲਕੁਲ ਨਹੀਂ ਹਟਾਉਂਦੀ। ਪੰਜਾਬੀ ਨੂੰ ਰੱਬ ਦਾ ਨਾਂ ਜੇ ਪ੍ਰਮੋਟ ਕਰੋ ਅਤੇ ਪੰਜਾਬੀ ਦੇ ਬਾਰੇ 'ਚ ਗਲਤ ਫਹਿਮੀਆਂ ਕੱਢੋ, ਕਿਉਂਕਿ ਸਾਨੂੰ ਬੜਾ ਪ੍ਰੋਬਲਮ ਹੋ ਰਿਹਾ ਹੈ ਆਪਣੀ ਜ਼ੁਬਾਨ 'ਚ ਤਾਲੀਮ ਹਾਸਲ ਨਾ ਕਰਨ ਦੀ ਵਜ੍ਹਾ ਤੋਂ। ਅਤੇ ਆਪਣੀ ਜ਼ੁਬਾਨ 'ਚ, ਚਲੋ ਪ੍ਰਿੰਟ ਤੁਹਾਡੀਆਂ ਕਿਤਾਬਾਂ ਉਰਦੂ 'ਚ ਹੁੰਦੀਆਂ ਨੇ, ਉੱਥੇ ਪੰਜਾਬੀ ਬੋਲਣ 'ਤੇ ਪਾਬੰਦੀ ਤਾਂ ਨਾ ਲਾਓ, ਕਿਉਂਕਿ ਜੋ ਚੀਜ਼ ਆਪਣੀ ਜ਼ੁਬਾਨ 'ਚ ਸਿੱਖੀ ਜਾ ਸਕਦੀ ਹੈ ਉਹ ਕਦੇ ਵੀ ਕਿਸੇ ਦੂਸਰੀ ਜ਼ੁਬਾਨ 'ਚ ਨਹੀਂ ਸਿੱਖੀ ਜਾ ਸਕਦੀ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਪੰਜਾਬੀ ਜ਼ੁਬਾਨ ਅਦਬ ਤੋਂ ਦੂਰ ਕਰਨਾ ਸਾਊਦੀ ਰਾਨੀ, ਉੱਤਰ ਪ੍ਰਦੇਸ਼ੀ ਅਤੇ ਮਜ਼ਹਬੀ ਮਸ਼ੀਨਰੀ ਦਾ, ਮੈਂ ਪਿਛਲੇ ਸਾਰਾ ਜਿੰਨਾ ਰੌਲਾ ਪਾ ਰਿਹਾ ਇਨਡਾਇਰੈਕਟ ਮੈਂ ਇਹ ਹੀ ਕਹਿ ਰਹੀ ਹਾਂ ਕਿ ਜ਼ਾਹਿਰ ਹੈ ਜੇ ਸਾਜ਼ਿਸ਼ ਹੋ ਰਹੀ ਹੈ ਤਾਂ ਸਾਜ਼ਿਸ਼ ਪਿੱਛੇ ਕੋਈ ਨਾ ਕੋਈ ਮਕਸਦ ਨੇ। ਇੱਕ ਹੋਰ ਟੋਪਿਕ ਹੈ, ਮੈਂ ਇਸ ਟੋਪਿਕ 'ਤੇ ਗੱਲ ਨਹੀਂ ਕਰਦੀ, ਮੈਂ ਇਸ ਟੋਪਿਕ ਦੇ ਬਾਰੇ 'ਚ ਕੋਈ ਗੱਲ ਨਹੀਂ ਕਰਦੀ। ਠੀਕ ਹੈ, ਹਰ ਬੰਦੇ ਨੂੰ ਪਤਾ ਹੈ ਕਿ ਪੰਜਾਬੀ ਨੂੰ ਕਿਉਂ ਦਬਾਇਆ ਜਾ ਰਿਹਾ, ਜੇ ਪੰਜਾਬੀ ਨੂੰ ਦਬਾਇਆ ਜਾ ਰਿਹਾ ਤਾਂ ਡੈਫੀਨੇਟਲੀ ਕੁਛ ਲੋਕ ਇਹਨੇ ਤੋਂ ਇਨਸਕਿਓਰ ਨੇ। ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜੇ ਪੰਜਾਬੀ ਸਾਡੀ ਜ਼ੁਬਾਨ ਹੁੰਦੀ ਤਾਂ ਕੀ ਹੁੰਦਾ, ਪੰਜਾਬੀ ਸਾਡੀ ਜ਼ੁਬਾਨ ਹੁੰਦੀ ਤਾਂ ਉਹ ਸਾਰਾ ਕਲਚਰ, ਉਹ ਸਾਰੀ ਅਮਨ ਦੀ ਸ਼ਾਇਰੀ, ਉਹ ਸਾਰੀਆਂ ਰਸਮਾਂ ਰਿਵਾਜਾਂ, ਉਹ ਹਰ ਚੀਜ਼ ਪੰਜਾਬੀ ਪੂਰਾ ਇੱਕ 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 ਸਾਡਾ ਜਿਹੜਾ ਤਹਜ਼ੀਬੋ ਤਮੱਦਨ ਹੈ ਉਹ ਅੱਗੇ ਮੁੰਤਕਿਲ ਹੋ ਜਾਂਦਾ ਨਵੀਂ ਨਸਲ ਤੱਕ। ਫਿਰ ਇੱਥੇ 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 ਬੰਦੂਕਾਂ ਫੜਨ ਦੇ ਬਜਾਏ ਅਸੀਂ ਪਤੰਗਾਂ ਉਡਾਉਂਦੇ, ਇੱਥੇ ਕਬੱਡੀ ਦੇ ਮੈਚ ਹੁੰਦੇ, ਇੱਥੇ ਆਮ ਜਿਹੜੀ ਅਲੀਟ ਕਲਾਸ ਹੈ ਅਤੇ ਜਿਹੜਾ ਗਰੀਬ ਹੈ ਉਹਨਾਂ ਦੇ ਬਾਰੇ 'ਚ ਕਮਿਊਨੀਕੇਸ਼ਨ ਗੈਪ ਨਾ ਹੁੰਦਾ, ਉਹਨਾਂ ਦੇ ਦਰਮਿਆਨ ਕਮਿਊਨੀਕੇਸ਼ਨ ਗੈਪ ਨਾ ਹੁੰਦਾ ਅਤੇ ਫਿਰ ਗਲਤ ਫਹਿਮੀਆਂ ਵੀ ਨਾ ਹੁੰਦੀਆਂ। ਅਤੇ ਜਿਹੜਾ ਸੂਫੀਆਂ ਦਾ ਪੈਗਾਮ ਹੈ ਅਮਨ ਦਾ, ਮੁਹੱਬਤ ਦਾ, ਉਹ ਸਾਰਾ ਸਾਡੇ ਤੱਕ ਮੁੰਤਕਿਲ ਹੁੰਦਾ, ਉਸ ਅਮਨ ਦੇ ਪੈਗਾਮ ਨੂੰ, ਉਸ ਇਤਿਹਾਦ ਦੇ ਇਨਸਾਨੀਅਤ ਲਈ ਮੁਹੱਬਤ ਨੂੰ, ਉਸ ਕਲਚਰ ਨੂੰ, ਉਸ ਪੂਰੇ ਲਿਟਰੇਚਰ ਨੂੰ ਦਬਾ ਦਿੱਤਾ ਗਿਆ, ਇੱਕ ਪੂਰਾ ਮਾਇੰਡਸੈਟ ਕ੍ਰੀਏਟ ਕੀਤਾ ਗਿਆ। ਅਤੇ ਜੇ ਪੰਜਾਬੀ ਸਾਡੀ, ਉਰਦੂ ਸਾਡੀ ਜ਼ੁਬਾਨ ਹੁੰਦੀ, ਸਿਰਫ ਪੰਜਾਬ ਦੀ ਜ਼ੁਬਾਨ ਹੁੰਦੀ, ਅਫੀਸ਼ੀਅਲ ਲੈਂਗੁਏਜ, ਤਾਂ ਯਕੀਨ ਕਰੋ ਪੰਜਾਬ ਦਾ ਰੁੱਖ ਹੀ ਕਲਈ ਹੁੰਦਾ, ਪੂਰੀ ਦੁਨੀਆ 'ਚ ਸਾਡੀ ਪਛਾਣ ਹੁੰਦੀ, ਸਾਡੇ ਸਾਰੇ ਪੰਜਾਬ ਦੇ ਜਿਹੜੇ 7 ਰੰਗ ਨੇ ਉਹ ਸਾਰੇ ਮੁੰਤਕਿਲ ਹੁੰਦੇ। ਲੇਕਿਨ ਉਹ ਸਾਰੇ ਪੰਜਾਬ, ਦੇਖੋ ਇਨਸਾਨ ਦੁਨੀਆ 'ਤੇ ਐਗਜ਼ਿਸਟ ਹੀ ਨਹੀਂ ਕਰ ਸਕਦਾ, ਇਹ ਜਿਹੜੀ ਜ਼ੁਬਾਨ ਹੈ ਨਾ, ਇਹਦੇ ਤੋਂ ਬਗੈਰ ਕੋਈ ਬੰਦਾ ਐਗਜ਼ਿਸਟ ਹੀ ਨਹੀਂ ਕਰ ਸਕਦਾ। ਅਤੇ ਜੇ ਤੁਸੀਂ ਜ਼ੁਬਾਨ ਹੀ ਖਤਮ ਕਰ ਦਿਓ ਤਾਂ ਸਮਝੋ ਇਹ ਕੌਮ ਗੂੰਗੀ ਹੋ ਗਈ ਹੈ, ਜੇ ਉਹ ਗੂੰਗੀ ਹੋ ਗਈ ਹੈ ਤਾਂ ਫਿਰ ਉਹ ਬੋਲ ਨਹੀਂ ਸਕਦੀ, ਅਤੇ ਜੇ ਉਹ ਬੋਲ ਨਹੀਂ ਸਕਦੀ ਤਾਂ ਫਿਰ ਉਹ ਆਪਣਾ ਆਪ ਦੱਸੇਗੀ ਕੀ, ਅਤੇ ਜਦੋਂ ਆਪਣਾ ਆਪ ਦੱਸ ਨਹੀਂ ਸਕਦੀ ਤਾਂ ਸਮਝੋ ਉਹ ਹੈ ਹੀ ਕੋਈ ਨਹੀਂ।
ਤਾਂ ਜਦੋਂ ਹੈ ਹੀ ਕੋਈ ਨਹੀਂ ਤਾਂ ਫਿਰ ਦੂਜਿਆਂ ਲਈ ਮੈਦਾਨ ਖੁੱਲ੍ਹਾ, ਮੌਜ ਕਰੋ। ਠੀਕ ਹੈ ਜੀ, ਰਾਤ ਬਹੁਤ ਤੁਹਾਡੇ ਕੋਲ ਜ਼ਿਆਦਾ ਹੋ ਗਈ, ਹੁਣੀ ਗੱਲ ਖਤਮ ਕਰਦੇ ਹਾਂ, ਅਤੇ ਉਰਦੂ ਬੋਲਣ ਵਾਲੇ ਭਰਾਵਾਂ ਤੋਂ ਮਾਫ਼ੀ, ਮੈਂ ਉਹਨਾਂ ਦੀ ਜ਼ੁਬਾਨ ਦੀ ਬਹੁਤ ਇੱਜ਼ਤ ਕਰਨੀ ਆ, ਲਿਹਾਜ਼ਾ ਮੇਰਾ ਹੱਕ ਹੈ ਕਿ ਤੁਸੀਂ ਮੇਰੀ ਜ਼ੁਬਾਨ ਦੀ ਇੱਜ਼ਤ ਕਰੋ। ਜੇ ਮੈਂ ਤੁਹਾਡੀ ਜ਼ੁਬਾਨ ਨੂੰ ਮਾਣ ਦਿੰਦੀ ਹਾਂ ਤਾਂ ਮੇਰਾ ਇਹ ਹੱਕ ਹੈ ਕਿ ਤੁਸੀਂ ਮੇਰੀ ਜ਼ੁਬਾਨ ਨੂੰ ਮਾਣ ਦਿਓ। ਮੈਂ ਇੱਕ ਬਾਹਰੋਂ ਆਉਣ ਵਾਲੀ ਜ਼ੁਬਾਨ ਨੂੰ ਜੇ ਅਪਣਾਇਆ ਹੈ ਤਾਂ ਤੁਹਾਡਾ ਮੇਰਾ ਇਹ ਹੱਕ ਹੈ ਕਿ ਤੁਸੀਂ ਤੁਸੀਂ ਇੱਥੇ ਦੀਆਂ ਮਕਾਮੀ ਜ਼ੁਬਾਨਾਂ ਨੂੰ ਮਾਣ ਦਿਓ। ਤੇ ਮੈਨੂੰ ਇੱਕ ਗੱਲ ਦੱਸੋ, ਪੰਜਾਬ ਦਾ ਜਿੰਨਾ ਕਲਚਰ ਹੈ, ਇੱਕ ਸਵਾਲ ਹੈ ਮੇਰਾ, ਮੈਂ ਤੁਹਾਡੇ ਲਈ ਓਪਨ ਛੱਡ ਰਹੀ ਹਾਂ, ਇੱਕ ਮੇਰਾ ਸਵਾਲ ਹੈ ਕਿ ਮੈਨੂੰ ਸਿਰਫ ਇੰਨਾ ਦੱਸ ਛੱਡੋ, ਉਰਦੂ ਉਰਦੂ ਕਲਚਰ ਕਿਹੜਾ ਹੈ? ਇੱਕ ਸਾਡੇ ਕੋਲ ਤੇ ਇੱਕ ਪੂਰਾ ਮਤਲਬ ਲਿਟਰੇਚਰ, ਉਰਦੂ ਲਿਟਰੇਚਰ ਕਿੱਥੇ ਵੇ? ਉਰਦੂ ਲਿਟਰੇਚਰ ਕਿੱਥੇ ਵੇ? ਮੈਨੂੰ ਜ਼ਰਾ ਉਸ ਲਿਟਰੇਚਰ ਦੀ ਤਾਰੀਖ ਦੱਸੋ, ਫਿਰ ਮੈਂ ਤੁਹਾਨੂੰ ਪੰਜਾਬੀ ਦੀ ਤਾਰੀਖ ਦੱਸਾਂਗੀ ਕਿ ਪੰਜਾਬੀ ਲਿਟਰੇਚਰ ਦੀ, ਪੰਜਾਬੀ ਅਦਬ ਦੀ, ਪੰਜਾਬੀ ਸਕਾਫਤ ਦੀ, ਪੰਜਾਬੀ ਕਲਚਰ ਦੀ ਕੀ ਤਾਰੀਖ ਹੈ। ਤੁਸੀਂ ਮੈਨੂੰ ਉਰਦੂ ਦੀ ਤਾਰੀਖ ਦੱਸੋ ਕਿ ਉਰਦੂ ਕਦੋਂ ਸ਼ੁਰੂ ਹੋਈ। ਇਹਦਾ ਮਤਲਬ ਬਿਲਕੁਲ ਇਹ ਨਾ ਲੈਣਾ ਕਿ ਮੈਂ ਉਰਦੂ ਨੂੰ ਕਹਿ ਰਹੀ ਹਾਂ ਕਿ ਉਹ, ਮੈਂ ਉਰਦੂ ਤੋਂ ਨਫ਼ਰਤ ਕਰ ਰਹੀ ਹਾਂ, ਨਹੀਂ, ਲੇਕਿਨ ਇਹ ਇੱਕ ਹਕੀਕਤ ਹੈ, ਉਹਨੂੰ ਐਕਸੈਪਟ ਕਰੋ। ਉਰਦੂ ਮੈਨੂੰ 2.5 ਤੋਂ 3 ਸਦੀਆਂ ਪਿੱਛੇ ਜਾ ਕੇ ਮੈਨੂੰ ਕੋਈ ਉਰਦੂ ਦਾ ਸੁਰਾਗ ਦੇ ਰਹੇ ਹੋ, ਮੈਂ ਤੁਹਾਨੂੰ ਪੰਜਾਬੀ ਦਾ ਅੱਜ ਤੋਂ 1000 ਸਾਲ ਪਹਿਲੇ ਦਾ ਸੁਰਾਗ ਦਿੰਦੀ ਹਾਂ ਕਿ ਪੰਜਾਬੀ ਬੋਲੀ ਜਾਂਦੀ। ਦੁਨੀਆਂ 'ਚ ਅਮਨ ਫੈਲਾਓ, ਆਖਰੀ ਗੱਲ ਹੈ, ਦੁਨੀਆਂ 'ਚ ਅਮਨ ਫੈਲਾਓ, ਦੂਜਿਆਂ ਨੂੰ ਰਾਹ ਦਵੋ, ਦੂਜਿਆਂ ਲਈ ਆਸਾਨੀਆਂ ਪੈਦਾ ਕਰੋ, ਦੂਜਿਆਂ ਤੋਂ ਉਹਨਾਂ ਦੀਆਂ ਪਛਾਣਾਂ ਨਾ ਖੋਵੋ, ਲੋਕਾਂ ਦੀਆਂ ਪੱਗਾਂ ਨਾ ਲਾਓ, ਇਤਾਦ ਲਈ ਹੱਥ ਜੋੜਨ ਲਈ ਲੋਕਾਂ ਨੂੰ ਉਹਨਾਂ ਨੂੰ ਐਜ਼ ਇਟ ਇਜ਼ ਕਬੂਲ ਕਰੋ। ਜੇ ਵਫਾਕ ਬਣਾਇਆ ਜੇ ਤਾਂ ਵਫਾਕ ਨੂੰ ਬਣਾ ਕੇ ਰੱਖੋ। ਵਫਾਕ ਦਾ ਮਤਲਬ, ਵਫਾਕ ਦੀ ਡੈਫੀਨੇਸ਼ਨ, ਦਾ ਡੈਫੀਨੇਸ਼ਨ ਆਫ ਫੈਡਰੇਸ਼ਨ ਦੀ ਕੀ ਹੈ? ਜਿੱਥੇ ਇੱਕ ਸਟੇਟ ਦੇ ਵਿੱਚ ਕਈ ਸੂਬੇ ਨੇ, ਜਾਂ ਇੱਕ ਵਫਾਕ ਵਿੱਚ ਕਈ ਸਟੇਟਸ ਨੇ, ਸਟੇਟਸ ਮਤਲਬ ਕੰਟਰੀਜ਼। ਤੁਸੀਂ ਇਹ ਸਮਝ ਲਓ ਕਿ ਅਮਰੀਕਾ 'ਚ 50 ਮੁਲਕ ਹੈ ਪੂਰਾ, ਉਹਦਾ ਹਰ ਇੱਕ ਦਾ ਪੂਰਾ ਇੱਕ ਸਿਸਟਮ ਹੈ। ਇਹਦੇ 'ਚ ਮੈਂ ਪੂਰੀ ਇੱਕ ਕਿਤਾਬ ਲਿਖਾਂਗੀ ਇਨਸ਼ਾਅੱਲਾ। ਤੇ ਤੁਸੀਂ ਮੈਨੂੰ ਸਿਰਫ ਇਹ ਦੱਸ ਦਿਓ ਕਿ ਵਫਾਕ ਦਾ ਕੀ ਮਤਲਬ ਹੈ, ਤੇ ਦੂਜਾ ਮੈਨੂੰ ਇਹ ਦੱਸ ਦਿਓ ਕਿ ਉਰਦੂ ਦੀ ਕੀ ਤਾਰੀਖ ਹੈ, ਤੇ ਤੀਜੀ ਮੈਨੂੰ ਇਹ ਗੱਲ ਦੱਸ ਦਿਓ ਕਿ ਉਰਦੂ ਲਿਟਰੇਚਰ ਕਿੱਥੇ ਹੈ। ਉਹ ਸਾਰਾ ਲਿਟਰੇਚਰ ਮੈਨੂੰ ਕੋਈ 3-4 ਸਦੀਆਂ ਪਹਿਲਾਂ ਦਾ ਕੱਢ ਕੇ ਵਿਖਾਓ, ਤੇ ਫਿਰ ਗੱਲ ਕਰਾਂਗੇ। ਤੇ ਬਾਕੀ ਉਰਦੂ ਜ਼ਿੰਦਾਬਾਦ, ਆਈ ਲਵ ਉਰਦੂ, ਬਟ ਮੈਂ ਪੰਜਾਬੀ ਬੋਲਨੀ ਆ, ਪੰਜਾਬੀ ਮੇਰੀ ਮਾਂ ਬੋਲੀ ਹੈ, ਤੇ ਮਾਂ ਮੈਨੂੰ ਬਾਹਲੀ ਪਿਆਰੀ ਹੈ, ਸਾਰੇ ਜੱਗ ਤੋਂ ਬਾਹਲੀ ਪਿਆਰੀ ਹੈ, ਮੈਨੂੰ ਪਾਕਿਸਤਾਨ ਤੋਂ ਵੀ ਬਾਹਲੀ ਪਿਆਰੀ ਆਪਣੀ ਮਾਂ ਹੈ। ਕਿੱਥੇ ਲਿਖਿਆ ਕਿ ਜਿਹੜੇ ਜਿਹੜੇ ਪਾਕਿਸਤਾਨ ਨੂੰ ਪਿਆਰ ਕਰਨਗੇ ਉਹ ਆਪਣੀਆਂ ਮਾਵਾਂ ਮਾਰ ਛੱਡਣ? ਕਿਤੇ ਲਿਖਿਆ ਆਪਣੀਆਂ ਮਾਵਾਂ ਨੂੰ ਕਤਲ ਕਰ ਦਿਓ? ਬੰਦੇ ਦੀ ਪਹਿਲੀ ਦਰਸਗਾਹ ਉਹਦੀ ਮਾਂ ਹੈ, ਹਦੀਸ ਹੈ, ਇਨਸਾਨ ਦੀ ਪਹਿਲੀ ਦਰਸਗਾਹ ਮਾਂ ਦੀ ਗੋਦ ਹੈ, ਤੇ ਪਹਿਲੀ ਦਰਸਗਾਹ ਹਦੀਸ ਦੇ ਖਿਲਾਫ ਜਾਓਗੇ? ਮਤਲਬ ਪਹਿਲੀ ਦਰਸਗਾਹ ਤੋਂ ਤੁਸੀਂ ਜੋ ਸਿੱਖਿਆ ਉਹ ਤੁਸੀਂ ਬਾਹਰ 'ਚ ਇੱਕ ਮੁਲਕ ਬਣਾਇਆ, ਤੇ ਉਹ ਮਾਂ ਨੂੰ ਭੁੱਲ ਜਾਓ, ਕਦੇ ਨਹੀਂ ਭੁੱਲਦੇ। ਤੇ ਆਖਿਰ 'ਚ ਉਰਦੂ ਸ਼ੇਰ ਤੁਹਾਨੂੰ ਸੁਣਾ ਦਿੰਦੀ ਹਾਂ। ਆਪਣੀ ਮਿੱਟੀ ਸੇ ਅਗਰ ਦੂਰ ਨਿਕਲ ਜਾਓਗੇ, ਖਾਕ ਹੋ ਜਾਓਗੇ, ਅਫਸਾਨੋਂ ਮੇਂ ਢਲ ਜਾਓਗੇ। ਆਪਣੀ ਮਿੱਟੀ ਸੇ ਅਗਰ ਦੂਰ ਨਿਕਲ ਜਾਓਗੇ, ਖਾਕ ਹੋ ਜਾਓਗੇ, ਅਫਸਾਨੋਂ ਮੇਂ ਢਲ ਜਾਓਗੇ। ਆਗੇ ਵੀ ਕੁਛ ਹੈ ਮੁਝੇ, ਹਾਂ, ਅਬ ਤੋ ਚਿਹਰੋਂ ਕੇ ਤਾਸੁਰ ਵੀ ਪਹਿਲੇ ਸੇ ਨਹੀਂ, ਕਿਸਕੋ ਮਾਲੂਮ ਥਾ ਤੁਮ ਇਤਨੇ ਬਦਲ ਜਾਓਗੇ। ਆ ਸਹੀ ਗੱਲ ਕਹਿ ਰਹੇ ਹੋ, ਮੈਂ ਤਾਂ ਕਿਹਾ ਸਲਵਾਰ ਕਮੀਜ਼ ਨੂੰ ਛੱਡੋ, ਤੁਸੀਂ ਸਾਰੇ ਪੰਜਾਬੀ ਚੋਲੇ, ਅਰਬੀ ਚੋਲੇ ਪਾਇਆ ਕਰੋ, ਕਿਉਂਕਿ ਅਸੀਂ ਸਾਰੇ ਮੁਸਲਮਾਨ ਆ, ਤੇ ਅਰਬੀ ਬੋਲਿਆ ਕਰੋ। ਖਿਰ ਦੋਰਾ ਮਿਆਰ ਏ ਕਿ ਤੁਸੀਂ ਇਸਲਾਮ ਵਿੱਚ ਸਾਰਾ ਕੁਝ ਜਾਇਜ਼ ਏ, ਕਿ ਇਸਲਾਮ, ਜੇ ਇਸਲਾਮ ਅਰਬੀ ਚੋਲੇ ਨਾ ਪਾਉਣ ਨਾਲ ਤੇ ਅਰਬੀ ਨਾ ਬੋਲਣ ਨਾਲ ਖਤਮ ਨਹੀਂ ਹੋਇਆ ਨਾ, ਤੇ ਫਿਰ ਪਾਕਿਸਤਾਨ ਵੀ ਪੰਜਾਬੀ ਬੋਲਣ ਨਾਲ ਤੇ ਪੰਜਾਬੀ ਸਕਾਫਤ ਅਪਣਾਉਣ ਨਾਲ, ਪੰਜਾਬ ਦੀ ਪਛਾਣ ਰੱਖਣ ਨਾਲ, ਪੰਜਾਬ ਦੀ ਗੱਲ ਤੇ ਮਕਾਮੀ ਜ਼ੁਬਾਨਾਂ ਦੀ ਗੱਲ ਕਰਨ ਨਾਲ ਖਤਮ ਨਹੀਂ ਹੋਣ ਲੱਗਾ। ਪਾਕਿਸਤਾਨ ਕਾਇਮ ਰਹਿਣ ਲਈ ਬਣਿਆ ਤੇ ਪਾਕਿਸਤਾਨ ਕਾਇਮ ਹੀ ਰਹਿਣਾ, ਤੇ ਜਿਹੜਾ ਵਫਾਕ ਨੇ ਸਾਡੇ ਨਾਲ ਮੁਆਹਦਾ ਕੀਤਾ ਹੈ ਸਟੇਟਸ ਨਾਲ ਕਿ ਅਸੀਂ ਆਜ਼ਾਦ ਹੋਵਾਂਗੇ ਆਪਣੀ ਆਪਣੀ ਹਦੂਦ ਵਿੱਚ, ਉਹਦੇ ਤੇ ਕਾਇਮ ਰਹੋ, ਉਹਨੂੰ ਪੜ੍ਹ ਲਓ ਪਹਿਲੇ, ਫਿਰ ਸਾਡੀ ਮੁਖਾਲਫਤ ਕਰ ਲੈਣਾ। ਹੱਕ ਦੀ ਗੱਲ ਕਰਨਾ ਕੋਈ ਗੁਨਾਹ ਨਹੀਂ ਹੈ, ਤੇ ਜਿਹੜੇ ਇਸ ਗੱਲ ਨੂੰ ਨਹੀਂ ਮੰਨਦੇ ਫਿਰ ਉਹਨਾਂ ਨੂੰ ਚਾਹੀਦਾ ਕਿ ਉਹ ਅਰਬੀ ਚੋਲੇ ਪਾਉਣ ਸਾਰੇ। ਹਾਂ, ਤੇ ਇੰਜ ਕੀਤਾ ਜਾਏ ਕਿ
ਜਿਹੜੇ ਅਲਾਸਕਾ 'ਚ ਮੁਸਲਮਾਨ ਰਹਿੰਦੇ ਨੇ ਉਹਨਾਂ ਨੂੰ ਵੀ ਕਹੋ ਕਿ ਅਰਬੀ ਚੋਲੇ ਪਾਉਣ ਅਤੇ ਉਹ ਠੰਡ ਨਾਲ ਮਰ ਜਾਣਗੇ, ਕਿਉਂਕਿ ਅਰਬੀ ਚੋਲੇ ਸਿਰਫ ਇਸਲਾਮੀ ਲਿਬਾਸ ਨੇ। ਫਿਰ ਜੇ ਤੁਸੀਂ ਇਤਿਹਾਦ ਦਾ ਜਿਹੜਾ ਪੈਮਾਨਾ ਹੈ, ਯੂਨਿਟੀ ਦਾ ਜਿਹੜਾ ਪੈਮਾਨਾ, ਜਿਹੜਾ ਸਟੈਂਡਰਡ ਹੈ, ਉਹ ਤੁਹਾਡੇ ਨਜ਼ਦੀਕ ਜੇ ਜ਼ੁਬਾਨ ਅਤੇ ਕੱਪੜੇ ਨੇ, ਤਾਂ ਫਿਰ ਸਾਰੇ ਅਰਬੀ ਬੋਲੋ ਅਤੇ ਅਰਬੀ ਕੱਪੜੇ ਪਾਓ, ਫਿਰ ਅਸੀਂ ਵੀ ਪੰਜਾਬੀ ਛੱਡ ਦਾਂਗੇ। ਤੇ ਜੇ ਤੁਸੀਂ ਅਰਬੀ ਨਹੀਂ ਬੋਲਦੇ ਤੇ ਜੇ ਤੁਸੀਂ ਅਰਬੀ ਚੋਲੇ ਨਹੀਂ ਪਾਉਂਦੇ ਤੇ ਫਿਰ ਤੁਸੀਂ ਸਾਨੂੰ ਵੀ ਪੰਜਾਬੀ ਦੀ ਗੱਲ ਨਾ ਕਰੋ। ਹਾਂ, ਤੇ ਜੇ ਤੁਸੀਂ ਇਹ ਗੱਲ ਕਰਨੀ ਤੇ ਫਿਰ ਸਾਰੀ ਦੁਨੀਆ 'ਚ ਜਿਹੜੇ ਅਮਰੀਕਾ 'ਚ ਰਹਿੰਦੇ ਨੇ ਇੱਥੇ, ਉਹਨਾਂ ਨੂੰ ਵੀ ਕਹੋ ਕਿ ਸਾਰੇ ਚੋਲੇ ਪਾਣ ਕਰਨ, ਚਾਹੇ ਸਰਦੀ 'ਚ ਮਰਨ ਚਾਹੇ ਉਹਨਾਂ ਨੂੰ ਠੰਡ ਲੱਗੇ, ਕਿਉਂਕਿ ਜੇ ਉਹ ਪੈਂਟ ਸ਼ਰਟ ਪਾਣਗੇ, ਜੇ ਪੈਂਟ ਸ਼ਰਟ ਪਾਣਗੇ ਤੇ ਫਿਰ ਉਹ ਮੁਸਲਮਾਨ ਹੀ ਨਹੀਂ ਰਹਿਣਗੇ, ਠੀਕ ਹੈ। ਤੇ ਜਿਹੜੇ ਸਹਿਰਾ 'ਚ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਕਹੋ ਚੋਲੇ ਪਾਣ, ਚਾਹੇ ਉਹ ਰੇਤ ਗਰਮ ਹਵਾ ਨਾਲ ਮਰ ਜਾਣ, ਲੇਕਿਨ ਉਹ ਹੀ ਚੋਲੇ ਪਾਣ ਤੇ ਫਿਰ ਉਹ ਅਰਬੀ ਸਿੱਖਣ ਤੇ ਅਰਬੀ ਬੋਲਣ। ਤੇ ਜੇ ਅਰਬੀ ਨਹੀਂ ਜੇ ਬੋਲ ਸਕਦੇ ਤੇ ਫਿਰ ਉਰਦੂ ਨੂੰ ਵੀ ਰਾਬਤੇ ਦੀ ਜ਼ੁਬਾਨ ਤੱਕ ਰੱਖੋ, ਲੋਕਾਂ ਦੇ ਕਾਰੇ 'ਚ ਨਾ ਜਾਓ ਤੇ ਲੋਕਾਂ ਨੂੰ ਜਾ ਕੇ ਨਾ ਕਹੋ ਕਿ ਉਹ ਆਪਣੀ ਗੱਲ ਛੱਡ ਦੇਣ। ਤੇ ਜੇ ਤੁਸੀਂ ਇਹ ਵੀ ਨਹੀਂ ਮੰਨਦੇ ਤੇ ਫਿਰ ਸਿੰਪਲ ਜੀ ਗੱਲ ਹੈ ਕਿ ਜਦੋਂ ਕਿਸੇ ਦੇ ਘਰ ਰਿਸ਼ਤੇਦਾਰੀ ਵਿਆਹ ਕਰਦੇ ਹੋ ਤੇ ਫਿਰ ਦੋਵੇਂ ਘਰ ਜਿਹੜੇ ਨੇ ਨਾ ਉਹ ਕੋਈ ਤੀਜੀ ਜ਼ੁਬਾਨ ਇਸਤੇਮਾਲ ਕਰ ਲਿਆ ਕਰੋ, ਆਪਣੀਆਂ ਆਪਣੀਆਂ ਜ਼ੁਬਾਨਾਂ ਤੇ ਰਸਮਾਂ ਰਿਵਾਜ ਤੇ ਆਪਣੇ ਸਾਰਾ ਕੁਝ ਖਤਮ ਕੀਤਾ ਕਰੋ ਪਹਿਲੇ। ਚੰਗਾ ਭਰਾਓ, ਤੇ ਖੁਸ਼ ਰਹੋ, ਸਲਾਮਤ ਰਹੋ, ਤੇ ਤੁਹਾਡੇ ਲਈ ਵਾਸਤੇ ਦਰਖਾਸਤ ਹੈ ਕਿ ਇੱਕ ਵਾਰ ਫੈਡਰੇਸ਼ਨ ਦਾ ਮਕਸਦ, ਵਫਾਕ ਦਾ ਮਕਸਦ ਤੇ ਵਫਾਕ ਤੇ ਸੂਬਿਆਂ ਦੇ ਬਾਰੇ ਤਅਲੁਕ ਤੇ ਯੂਨਿਟਸ ਦੀ ਆਜ਼ਾਦੀ ਤੇ ਪਾਕਿਸਤਾਨ ਦਾ ਜਿਹੜਾ ਹੈ ਆਜ਼ਾਦੀ ਦਾ ਮੁਆਹਦਾ ਹੈ, ਪਹਿਲਾਂ ਉਹਨੂੰ ਪੜ੍ਹ ਲਵੋ ਇੱਕ ਵਾਰ, ਫਿਰ ਤੁਸੀਂ ਕੰਸਟੀਟਿਊਸ਼ਨ ਆਫ ਪਾਕਿਸਤਾਨ ਦੀ ਪ੍ਰੀਐਂਬਲ ਪੜ੍ਹ ਲਵੋ, ਫਿਰ ਤੁਸੀਂ ਫੰਡਾਮੈਂਟਲ ਰਾਈਟਸ ਪੜ੍ਹੋ, ਉਹਦੇ ਵਿੱਚ ਬਕਾਇਦਾ ਲਿਖਿਆ ਗਿਆ ਕੋਈ, ਮੇਰਾ ਖਿਆਲ ਹੈ ਕੋਈ ਆਰਟੀਕਲ 27 ਕਿ 28 ਕਿ 26 ਹੈ, ਉਹਨੂੰ ਪੜ੍ਹੋ ਕਿ ਆਪਣੀਆਂ ਜ਼ੁਬਾਨਾਂ ਨੂੰ ਪ੍ਰਮੋਟ ਕਰਨ ਦੀ, ਸਕਾਫਤਾਂ ਨੂੰ, ਕਲਚਰ ਨੂੰ ਪ੍ਰਮੋਟ ਕਰਨ ਦੀ ਆਜ਼ਾਦੀ ਹੋਏਗੀ, ਕਿ ਮੈਂ ਆਈਨੇ ਪਾਕਿਸਤਾਨ ਦੇ ਖਿਲਾਫ ਜਾ ਰਹੀ ਹਾਂ, ਉਹਨੂੰ ਵੀ ਪੜ੍ਹ ਲਓ। ਫਿਰ ਤੁਸੀਂ ਇੰਜ ਕਰੋ ਕਿ ਤੁਸੀਂ ਬਾਕੀ ਇਨਸਾਨ ਦੀ ਆਈਡੈਂਟੀਟੀ ਦੀ ਗੱਲ ਕਰੋ, ਉਹ ਵੀ ਪੜ੍ਹ ਉਹ ਆਰਟੀਕਲ ਵੀ ਪੜ੍ਹੋ। ਫਿਰ ਤੁਸੀਂ ਇੰਜ ਕਰੋ ਕਿ ਆਰਟੀਕਲ 40 ਤੋਂ ਲੈ ਕੇ ਆਰਟੀਕਲ 60 ਤੱਕ ਜਿਹੜੇ ਨੇ ਉਹਨੂੰ ਲਾਜ਼ਮੀ ਪੜ੍ਹੋ ਕਾਂਸਟੀਟਿਊਸ਼ਨ ਆਫ ਪਾਕਿਸਤਾਨ ਦੇ, ਕਿ ਉਹਦੇ ਵਿੱਚ ਸੂਬਿਆਂ ਦੇ ਤੇ ਸਟੇਟਸ ਦੇ ਦਰਮਿਆਨ ਜਿਹੜੇ ਨੇ ਕੀ ਤਲੁਕਾਤ ਨੇ। ਫਿਰ ਤੁਹਾਨੂੰ ਚਾਹੀਦਾ ਕਿ ਤੁਸੀਂ ਸੈਕੰਡ ਸ਼ੈਡੂਲ ਵੀ ਜ਼ਰੂਰ ਪੜ੍ਹੋ, ਠੀਕ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਪੜ੍ਹੋ ਤੇ ਫਿਰ ਮੇਰੇ ਪੰਜਾਬੀ ਦੀ ਨੂੰ ਪ੍ਰਮੋਟ ਕਰਨ ਤੇ ਮੇਰੀ ਜ਼ੁਬਾਨ ਨੂੰ ਪ੍ਰਮੋਟ ਕਰਨ ਦੇ ਤੇ ਤੁਸੀਂ ਜ਼ਰੂਰ ਇਤਜਾਜ ਕਰਿਆ ਜੇ, ਫਿਰ ਮੈਨੂੰ ਜ਼ਰੂਰ ਗਦਾਰ ਕਿਹਾ ਜੇ, ਫਿਰ ਮੈਨੂੰ ਜ਼ਰੂਰ ਇਤਿਹਾਦ ਦਾ ਮੁਖਾਲਫ ਕਿਹਾ ਜੇ, ਜੇ ਤੁਸੀਂ ਤੁਸ ਤੁਹਾਨੂੰ ਲੱਗਾ ਹੋਵੇ ਕਿ ਮੈਂ ਗਲਤ ਕਹਿ ਰਹੀ ਹਾਂ। ਪਹਿਲੇ ਕਿ ਸਿਰਫ ਕਾਂਸਟੀਟਿਊਸ਼ਨ ਆਫ ਪਾਕਿਸਤਾਨ ਹੀ ਪੜ੍ਹ ਲਓ, ਹਾਲਾਂਕਿ ਉਹਦੇ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਜੇ ਉਹਨਾਂ ਨੂੰ ਰਿਫੋਰਮਸ ਦੀ ਜ਼ਰੂਰਤ ਹੈ। ਤੇ ਫਿਰ ਤੁਹਾਨੂੰ ਸਾਰੇ ਅਕਲੀਤਾਂ ਦੇ ਹਕੂਕ ਵੇਖ ਲਓ ਉਹਦੇ ਵਿੱਚੋਂ, ਤੇ ਉਹਦੇ ਵਿੱਚ ਮੈਜੋਰਿਟੀ ਦੇ ਹਕੂਕ ਵੀ ਵੇਖ ਲਓ, ਤੇ ਉਹਦੇ ਵਿੱਚੋਂ ਤੁਸੀਂ ਜ਼ੁਬਾਨ ਦੇ ਵੀ ਵੇਖ ਲਓ, ਤੁਸੀਂ ਕੱਪੜਿਆਂ ਦੇ ਵੀ ਵੇਖ ਲਓ, ਤੁਸੀਂ ਕਲਚਰ ਦੇ ਵੀ ਵੇਖ ਲਓ, ਸਾਰਾ ਕਾਂਸਟੀਟਿਊਸ਼ਨ ਇਸ ਪੜ੍ਹ ਲਵੋ, ਫੈਡਰੇਸ਼ਨ ਦੀ ਤਾਰੀਫ ਪੜ੍ਹ ਲਵੋ, ਤੇ ਦੁਨੀਆ 'ਚ ਜਿੰਨੀਆਂ ਵੀ ਫੈਡਰੇਸ਼ਨਸ ਕਾਇਮ ਨੇ ਉਹਨਾਂ 'ਚ ਫੈਡਰੇਸ਼ਨਸ ਦੇ ਤੇ ਯੂਨਿਟਸ ਦੇ ਦਰਮਿਆਨ ਸੈਪਰੇਸ਼ਨ ਆਫ ਪਾਵਰਸ ਤੇ ਡਿਵੀਜ਼ਨ ਆਫ ਪਾਵਰਸ ਕੀ ਹੈ, ਇਹਨੂੰ ਵੀ ਪੜ੍ਹ ਲਵੋ। ਤੇ ਫਿਰ ਵੀ ਜੇ ਤੁਹਾਨੂੰ ਲੱਗੇ ਕਿ ਮੈਂ ਗਲਤ ਕਰ ਰਹੀ ਹਾਂ ਤਾਂ ਠੀਕ ਹੈ, ਤੇ ਫਿਰ ਇੱਕ ਗੱਲ ਹੋਰ ਹੈ ਕਿ ਇਹ ਕਿਸੇ ਨੂੰ, ਮੈਨੂੰ ਕੱਲ੍ਹ ਸਵਾਲ ਅਜੇ ਵੀ ਹੈਰਤ ਹੁੰਦੀ ਵੀ ਹੈ ਕਿ ਕੱਲ੍ਹ ਮੈਨੂੰ ਕਿਹਾ ਕਿ ਤੁਸੀਂ ਉਰਦੂ ਬਾਰੇ ਕਿਉਂ ਨਹੀਂ ਲੈਕਚਰ ਦਿੱਤਾ, ਮੈਂ ਇਸ ਸਵਾਲ 'ਤੇ ਦਿਲ ਕਰਦਾ ਇਤਜਾਜ ਕਰਾਂ, ਮੈਂ ਚੀਖਾਂ ਮੈਂ ਕਿਉਂ ਕਰਾਂ, ਮੈਂ ਨਹੀਂ ਕਰਦੀ। ਥੈਂਕ ਯੂ ਜੀ, ਬਹੁਤ ਸ਼ੁਕਰੀਆ, ਖੁਸ਼ ਰਹੋ, ਸਲਾਮਤ ਰਹੋ, ਅਤੇ ਤੁਹਾਡਾ ਭਲਾ ਹੋਵੇ। ਰਾਣਾ ਅਲੀ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਇੰਨੀ ਦੇਰ ਮੈਨੂੰ ਬਰਦਾਸ਼ਤ ਕੀਤਾ ਔਨਲਾਈਨ, ਅਤੇ ਲੇਕਿਨ ਮੈਨੂੰ ਥੋੜ੍ਹਾ ਗੁੱਸਾ ਆਇਆ ਸੀ ਅਤੇ ਮੈਂ ਉਹ ਕੱਢਣਾ ਤਾਂ ਹੈ ਸੀ, ਹੁਣ ਉਹ ਨਿਕਲ ਗਿਆ, ਅਤੇ ਹੁਣ ਮੈਨੂੰ ਦਿਓ ਇਜਾਜ਼ਤਾਂ, ਅਤੇ ਬਹੁਤ ਸ਼ੁਕਰੀਆ, ਖੁਸ਼ ਰਹੋ ਜੀ, ਅਤੇ ਵੀਡੀਓ ਥੋੜ੍ਹੀ ਲੰਬੀ ਹੋ ਗਈ ਹੈ, ਬਹੁਤ ਸਾਰੇ ਲੋਕ ਤੈਨੂੰ ਵੇਖ ਨਹੀਂ ਸਕਣਗੇ। ਚੰਗਾ ਜੀ, ਥੈਂਕ ਯੂ, ਬਹੁਤ ਸ਼ੁਕਰੀਆ, ਰੱਬ ਰਾਖਾ, ਜਿੰਦੇ ਰਹੋ।